ਜਦ ਮੈਂ ਬਿਕਰਮ ਸਿੰਘ ਮਜੀਠੀਆ ਨੂੰ ਛੱਡ ਕੇ ਆਇਆ ਸੀ, ਛੱਡਣ ਦਾ ਜਿਹੜਾ ਵੱਡਾ ਰੀਜ਼ਨ ਬਣਿਆ ਸੀ, ਉਹ ਤਿੰਨ ਬੰਦੇ ਅਸੀਂ ਬੈਠੇ ਸੀ ਹੋਟਲ ਦੇ ਵਿੱਚ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਤੇਰਾ ਇਸ ਨਾਲ ਸਮਝੌਤਾ ਕਰਾਉਣਾ। ਨਿੱਕੇ ਮੋਟੇ ਮਤਭੇਦ ਹੋ ਜਾਂਦੇ ਆ ਬੁਲਟੋਵਾ ਸਾਹਿਬ ਨਾਲ। ਉਹ ਬੰਦਾ ਜਿਹੜਾ ਉਹਨੂੰ ਇੰਨਾ ਹੰਕਾਰ ਸੀ, ਉਹ ਕਹਿੰਦਾ ਯਾਰ ਇਹ ਮੇਰਾ ਕੀ ਵਿਗਾੜ ਲੂਗਾ, ਇਹ ਮੇਰਾ ਕੀ ਕਰ ਲੂਗਾ, ਤੂੰ ਮੈਨੂੰ ਇਹਦੇ ਨਾਲ ਕਿਉਂ ਬਿਠਾਉਣਾ। ਇਸ ਵਾਰ ਮਾਝਾ ਵੀ ਜਾਗ ਪਿਆ, ਜਿਹਨੂੰ ਕਦੀ ਕਹਿੰਦੇ ਸੀ ਕਿ ਮਾਝਾ ਬੜਾ ਲੇਟ ਉੱਠਦਾ, ਪਰ ਜਦ ਇਹ ਲੇਟ ਉੱਠੇ ਜਦ ਉੱਠ ਪੈਂਦਾ ਫਿਰ ਮਾਝਾ ਹੀ ਜਿਹੜਾ ਗੱਲ ਜਿਹੜੀ ਆ ਉਹ ਫਤਿਹ ਜਿਹੜੀ ਕਰਕੇ ਆਉਂਦਾ। ਅਤੇ ਮਾਝਾ ਇਸ ਵਾਰ ਜਿਹੜਾ ਰਵਾਇਤੀ ਪਾਰਟੀਆਂ ਦੇ ਜਿਹੜੇ ਗੜ ਉਹ ਤੋੜ ਕੇ ਮੋਰਚਾ ਫਤਿਹ ਕਰ। ਮਾਝੇ ਦੇ ਜਰਨੈਲ ਦੋ ਸੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੁਣ ਇਸ ਟਾਈਮ 'ਤੇ ਬਿਕਰਮਜੀਤ ਸਿੰਘ ਮਜੀਠੀਆ। ਤੁਸੀਂ ਨਿੱਕ ਮੰਨ ਚੁੱਕੇ ਹੋ ਬਿਕਰਮਜੀਤ ਸਿੰਘ ਮਜੀਠੀਆ ਤੋਂ, ਲੈਣ ਦੀ ਸਿਆਸਤ ਵੀ ਤੁਸੀਂ ਉੱਥੋਂ ਆਰੰਭ ਕੀਤੀ ਆ, ਉਹਨਾਂ ਵਾਰੀ ਕਿਵੇਂ ਰਿਹਾ, ਕਾਂਗਰਸ 'ਚ ਤੁਸੀਂ ਰਹੇ ਉਹ ਕਿਵੇਂ ਰਿਹਾ, ਅਤੇ ਆਮ ਆਦਮੀ ਪਾਰਟੀ 'ਚ ਕਿਉਂ ਆਉਣਾ ਪੈ ਗਿਆ? ਦੇਖੋ ਜੀ, ਜਿੱਥੋਂ ਤੱਕ ਬਿਕਰਮ ਸਿੰਘ ਮਜੀਠੀਆ ਜਾਂ ਬ੍ਰਹਮਪੁਰਾ ਸਾਹਿਬ ਦਾ ਸਵਾਲ ਹੈ, ਜਿਹੜੀ ਜਰਨੈਲ ਘੁਮਾਉਣਾ ਜੀ, ਮੈਂ ਸਮਝਦਾ ਜਰਨੈਲ ਤਾਂ ਸਾਡੇ ਜਿਹੜੇ ਹਰੂ ਸਿੰਘ ਨਲੂਏ ਵਰਗੇ, ਬੰਦਾ ਸਿੰਘ ਬਹਾਦਰ ਵਰਗੇ, ਅਸੀਂ ਉਹਨਾਂ ਨੂੰ ਜਰਨੈਲ ਕਹਿ ਸਕਦੇ ਹਾਂ। ਜੇ ਕਿਸੇ ਲੀਡਰ ਨੂੰ ਜਰਨੈਲ ਕਹਿਣਾ ਮੈਂ ਉਹ ਵਾਜਬ ਨਹੀਂ ਗੱਲ ਸਮਝੂਗਾ। ਉਹ ਠੀਕ ਹੈ, ਮੇਰੇ ਵਰਗਾ ਆਪੇ ਕੋਈ ਜਰਨੈਲ ਘਰੇ ਬੈਠਾ ਬਣਿਆ ਵੀਰੇ। ਜੇ ਸਿੱਧੂ ਸਾਹਿਬ ਬੋਲਦੇ ਆ, ਉਹ ਕਹਿੰਦੇ ਜੀ ਮੈਂ ਬੜਾ ਰੋਡ ਮੈਪ ਲੈ ਕੇ ਆਊਂਗਾ, ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਰੋਡ ਮੈਪ ਲੈ ਕੇ ਕਿੰਨੇ ਆਉਣਾ, ਸਰਕਾਰ ਤਾਂ ਤੁਹਾਡੀ ਹੈ। ਗੁਰੂ ਨੂੰ ਮੰਨਣ ਵਾਲਾ, ਪਰਮਾਤਮਾ ਨੂੰ ਮੰਨਣ ਵਾਲਾ, ਇਹ ਲੋਕ ਕੌਣ ਹੁੰਦੇ? ਗੁਰੂ ਨੂੰ ਨਿਆਂ ਦਾ, ਨਿਆਂ ਤਾਂ ਉਹਨੇ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਹੋਣਾ। ਜਿਹੜਾ ਬੰਦਾ ਵੀ ਕੋਈ ਦੋਸ਼ੀ ਹੋਇਆ ਉਹ ਮੇਰੇ ਵੀਰੋਂ ਬਚ ਨਹੀਂ ਸਕਦਾ। ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਨਾਂ 'ਤੇ ਆਪਣੀਆਂ ਦੁਕਾਨਾਂ ਚਲਾਈਆਂ, ਉਹਨਾਂ ਲੋਕਾਂ ਨੇ ਜਿਹੜੇ ਸ਼ਾਂਤਮਈ ਧਰਨਾ ਦੇ ਰਹੇ ਸੀ ਉਹਨਾਂ ਨੂੰ ਤਾਂ ਗੋਲੀਆਂ ਮਾਰਤੀਆਂ। ਜਿਹੜੇ ਡੇਰੇ ਵਾਲੇ ਰੋਜ਼ ਸਿੱਖਾਂ 'ਤੇ ਗੱਲ ਪੈਂਦੇ ਨੇ, ਉਹਨਾਂ 'ਤੇ ਕਦੀ ਕਿਸੇ ਨੇ ਚਪੇੜ ਨਹੀਂ ਮਾਰੀ, ਉਹਨਾਂ ਨੂੰ ਤਾਂ ਕਦੀ ਉਹਨਾਂ ਨੂੰ ਸਕਿਉਰਟੀਆਂ ਦੇਤੀਆਂ। ਤੁਸੀਂ ਦੱਸੋ ਫਿਰ ਦੋਸ਼ੀ ਕੌਣ ਆ? ਸੁਖਬੀਰ ਸਿੰਘ ਬਾਦਲ, ਤੇਰੇ ਰਾਜ ਦੇ ਵਿੱਚ, ਪੰਥ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦਾ ਨਰਾਦਰ ਹੋ ਜਾਏ ਅਤੇ ਤੈਨੂੰ ਉਸੇ ਦਿਨ ਹੀ ਜਿਹੜਾ ਵਾ ਆਪਦਾ ਰਾਜ ਭੰਗ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਸੀ। ਪਿਛਲੀ ਵਾਰ ਜਦੋਂ ਸਰਕਾਰ ਬਣਨੀ ਸੀ ਜਾਂ ਉਹ ਤੋਂ ਬਾਅਦ ਵਿੱਚ ਇੱਕ ਫੋਟੋ ਵਾਇਰਲ ਹੋਈ ਸੀ, ਕੇਜਰੀਵਾਲ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਰੰਕਾਰੀ ਬੁੱਤ ਬਣਾਵਾਂਗੇ। ਨਿਰੰਕਾਰੀਆਂ ਨੇ ਵੀ ਕੁਛ ਚੰਗਾ ਨਹੀਂ ਕੀਤਾ ਪੰਜਾਬ ਲਈ, ਕੀ ਲੱਗਦਾ ਇਹੋ ਜਿਹੀ ਆਵਾਜ਼ ਉਹ ਦਿਲ 'ਚੋਂ ਨਿਕਲਣੀ ਚਾਹੀਦੀ? ਬਿਲਕੁਲ ਜੀ, ਵੇਖੋ ਮੈਂ ਇੱਕ ਦੱਸਾਂ ਜੀ, ਮੈਂ ਜਿਹੜਾ ਕੇਜਰੀਵਾਲ ਸਾਹਿਬ ਕਦੀ ਵੀ ਇਹੋ ਜਿਹੀ ਗੱਲ ਨਹੀਂ ਕਰ ਸਕਦੇ। ਜੇ ਉਹਨਾਂ ਨੇ ਕਹੀ ਹੋਊਗੀ ਗੱਲ ਤਾਂ ਉਹ ਗੱਲ ਨੂੰ ਮੈਂ ਉਹ ਵਾਜਬ ਨਹੀਂ ਸਮਝਦਾ। ਨੌਜਵਾਨਾਂ ਨੂੰ ਜੇ ਤੁਸੀਂ ਨਸ਼ੇ ਵਿੱਚੋਂ ਕੱਢਣਾ ਆਇਆ, ਤੁਸੀਂ ਉਹਨਾਂ ਨੂੰ ਕਿਸੇ ਕੰਮੇ ਲਾਵੋ। ਜੇ ਉਹਨਾਂ ਨੂੰ ਤੁਸੀਂ ਕੰਮੇ ਲਾ ਦੇਵੋ, ਆਪੇ ਨਸ਼ਿਆਂ ਵੱਲ ਜਾਣਗੇ, ਨਸ਼ਾ ਵਿਕੂਗਾ ਕਿੱਥੇ? ਅਕਾਲ ਚੈਨਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ। ਹਲਕੇ ਖੇਮਕਰਨ ਦੀ ਗੱਲ ਕਰਾਂਗੇ। ਹਲਕੇ ਖੇਮਕਰਨ ਦੇ ਵਿੱਚ ਤਿੰਨ ਮੁੱਖ ਚਿਹਰੇ ਆ। ਜੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਭੁੱਲਰ, ਜਿਹੜੇ ਕਿ ਮੌਜੂਦਾ MLA ਸੀ ਇੱਥੋਂ ਦੇ, ਵਿਰਸਾ ਸਿੰਘ ਵਲਟੋਆ ਪਹਿਲੋਂ ਕਮਾਂਡ ਸੰਭਾਲ ਚੁੱਕੇ ਹਲਕੇ ਦੀ, ਅਤੇ ਸਰਵਣ ਸਿੰਘ ਧੁੰਨ ਜਿਹੜੇ ਕਿ ਹੁਣ ਆਉਣ ਵਾਲੇ ਸਮੇਂ ਦੇ ਕਮਾਂਡ ਸੰਭਾਲਣ ਦੀਆਂ ਤਿਆਰੀਆਂ ਕਰ ਰਹੇ ਆ। ਤਿੰਨਾਂ ਚਿਹਰਿਆਂ ਦੇ ਵਿੱਚੋਂ ਆਵਾਮ ਕਿਹਨੂੰ ਜਿਤਾਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ, ਪਰ ਦੌੜ ਭੱਜ ਤਿੰਨਾਂ ਚਿਹਰਿਆਂ ਵੱਲੋਂ ਕੀਤੀ ਜਾ ਰਹੀ ਹੈ। ਅਤੇ ਜੇ ਭੁੱਲਰ ਸਾਹਿਬ ਦੀ ਗੱਲ ਕਰਦੇ, ਟਿਕਟ ਅਨਾਊਂਸ ਨਹੀਂ ਹੋਈ ਪਰ ਫਿਰ ਵੀ ਉਹਨਾਂ ਵੱਲੋਂ ਆਪਣਾ ਦੌਰੇ ਜ਼ਰੂਰ ਹਲਕੇ 'ਚ ਕੀਤੇ ਜਾ ਰਹੇ ਆ। ਹਲਕੇ ਦਾ ਹਾਲ ਵੀ ਤੁਹਾਨੂੰ ਵਿਖਾਉਂਦੇ ਆ, ਪਿੰਡਾਂ ਦਾ ਹਾਲ ਵੀ ਵਿਖਾ ਰਹੇ ਹਾਂ, ਅਤੇ ਨਾਲ ਨਾਲ ਜਿਹੜੇ ਹਲਕੇ ਦੇ ਵਿੱਚ ਖੜ੍ਹੇ ਹੋਏ ਉਮੀਦਵਾਰ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ। ਇਸ ਟਾਈਮ ਸਾਡੇ ਨਾਲ ਸਰਵਣ ਸਿੰਘ ਧੁੰਨ, ਜਿਹੜੇ ਕਿ ਹਲਕਾ ਖੇਮਕਰਨ ਤੋਂ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਆ ਅਤੇ ਕਹਿੰਦੇ ਕਿ ਆਉਣ ਵਾਲਾ ਸਮਾਂ ਹੀ ਸਾਡਾ ਹੋਊਗਾ, ਆਮ ਆਦਮੀ ਪਾਰਟੀ ਦਾ ਹੋਊਗਾ। ਨਾਲ ਆ ਸਾਡੇ ਗੱਲਬਾਤ ਕਰਦੇ ਹਾਂ, ਪਹਿਲਾਂ ਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਤੁਹਾਨੂੰ ਸਭ ਠੀਕ ਹੋ ਤੁਸੀਂ? ਬੜੀ ਕਿਰਪਾ ਜੀ, ਬਹੁਤ ਵਧੀਆ ਜੀ। ਖੇਮਕਰਨ ਕਿਵੇਂ ਲੱਗਦਾ ਯਾਰ, ਕਿ ਕਿਹਦੇ ਪਾਸੇ ਜਾਊਗਾ? ਖੇਮਕਰਨ ਜਿਹੜਾ ਹੈ ਜੀ, ਉਹ ਐਰਕਾਂ ਦੀ ਵੱਡਾ ਬਦਲਾਅ ਲੈ ਕੇ ਆਊਗਾ, ਕਿਉਂਕਿ ਜਿਹੜਾ ਖੇਮਕਰਨ ਹਲਕਾ ਹੈ ਇਹ ਇੱਥੇ ਬੜੇ, ਜਿਹੜੀ ਇਹ ਧਰਤੀ ਹੈ ਇਹ ਸ਼ਹੀਦਾਂ ਦੀ ਧਰਤੀ ਹੈ, ਇੱਥੇ ਗੁਰੂਆਂ ਦੇ ਚਰਨ ਪਏ ਆ, ਅਤੇ ਜਦੋਂ ਇਹ ਲੋਕ ਉੱਠਦੇ ਆ ਫਿਰ ਇਹ ਵੱਡਾ ਬਦਲਾਅ ਲੈ ਕੇ ਆਉਂਦੇ। ਅਤੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਇਸ ਵਾਰ ਵੱਡਾ ਬਦਲਾਅ ਖੇਮਕਰਨ ਹਲਕੇ ਵਾਲੇ ਲੈ ਕੇ ਆਉਂਦੇ। ਖੇਮਕਰਨ 'ਚ ਆਊਗਾ ਕਿ ਪੰਜਾਬ 'ਚ ਆਊਗਾ? ਨਹੀਂ, ਪੂਰੇ ਪੰਜਾਬ 'ਚ ਆਊਗਾ ਜੀ। ਪੰਜਾਬ ਤਾਂ ਅੱਗੇ ਹੀ, ਮਾਲਵਾ ਤਾਂ ਅੱਗੇ ਹੀ ਉੱਠਿਆ ਹੋਇਆ ਯਾਰ। ਇਸ ਵਾਰ ਜਿਹੜਾ ਮਾਝਾ, ਇਸ ਵਾਰ ਮਾਝਾ ਵੀ ਜਾਗ ਪਿਆ, ਜਿਹਨੂੰ ਕਦੀ ਕਹਿੰਦੇ ਸੀ ਕਿ ਮਾਝਾ ਬੜਾ ਲੇਟ ਉੱਠਦਾ, ਪਰ ਜਦ ਇਹ ਲੇਟ ਉੱਠੇ ਜਦ ਉੱਠ ਪੈਂਦਾ ਫਿਰ ਮਾਝਾ ਹੀ ਜਿਹੜਾ ਗੱਲ ਜਿਹੜੀ ਆ ਉਹ ਫਤਿਹ ਜਿਹੜੀ ਕਰਕੇ ਆਉਂਦਾ। ਅਤੇ ਮਾਝਾ ਇਸ ਵਾਰ ਜਿਹੜਾ ਰਵਾਇਤੀ ਪਾਰਟੀਆਂ ਦੇ ਜਿਹੜੇ ਗੜ ਉਹ ਤੋੜ ਕੇ ਮੋਰਚਾ ਫਤਿਹ ਕਰੋ। ਮਾਝੇ ਦੇ ਜਰਨੈਲ ਦੋ ਸੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੁਣ ਇਸ ਟਾਈਮ 'ਤੇ ਬਿਕਰਮਜੀਤ ਸਿੰਘ ਮਜੀਠੀਆ। ਤੁਸੀਂ ਨਿੱਘ ਮੰਨ ਚੁੱਕੇ ਹੋ ਬਿਕਰਮਜੀਤ ਸਿੰਘ ਮਜੀਠੀਆ ਤੋਂ, ਲੈਣ ਦੀ ਸਿਆਸਤ ਵੀ ਤੁਸੀਂ ਉੱਥੋਂ ਆਰੰਭ ਕੀਤੀ ਆ, ਉਹਨਾਂ ਵਾਰੀ ਕਿਵੇਂ ਰਿਹਾ, ਕਾਂਗਰਸ 'ਚ ਵੀ ਤੁਸੀਂ ਰਹੇ ਉਹ ਕਿਵੇਂ ਰਿਹਾ, ਅਤੇ ਆਮ ਆਦਮੀ ਪਾਰਟੀ 'ਚ ਕਿਉਂ ਆਉਣਾ ਪੈ ਗਿਆ ਤੁਹਾਨੂੰ?
देखो जी जितों तक बिक्रम सिंह मजीठिया जां ब्रह्मपुरा साहब का सवाल है जिहड़ी जरनैल घुमाउणा जी मैं समझदा जरनैल तो साढ़े जिहड़े हरू सिंह नलूए वर्गे बंदा सिंह बहादुर वर्गे असी उन्हां नूं जरनैल कह सकते हैं जे किसी लीडर नूं जरनैल कहना मैं वो वाजब नहीं गल समझूंगा वो ठीक है मेरे वर्ग आपे कोई जरनैल घरे बैठा बनिया फिरे ब्रह्मपुरा साहब पहलों जरनैल रहे तो उस बाद बिक्रमजीत सिंह मजीठी माझे का जरनैल क्योंकि सियासी तौर पर दूजे जरनैलों की नहीं गल करते सियासी जरनैल से ना ये राजनीतिक तौर पर भी जरनैल मैनू तो लगता नहीं जी हम ब्रह्मपुरा साहब ही वेखो कि हालात में उन्होंने गुजरना पाया तो बिक्रम मजीठिया जी भी कि हालात में गुजर रहे हो भी तो सामने रहे हैं निगमाणिया मैं क्या कि तुम शुरुआत जो इलैक्शन हुई थी बिक्रमजीत मजीठिया जी की उन्होंने दिनों तुम ना सो अकाली दल क्यों छड़ना पै गया उस तो बाद कांग्रेस गए दोवें पार्टियां क्यों छड़निया पीजी पार्टी चुनाव वास्ते मैं निग नहीं माणिया जी मैं तो माड़े समय से बिक्रम मजीठिया खड़ा से जो पहली कैप्टन अमरिंदर सिंह की जो सरकार सी उदों जिहड़ा जो माड़ा समा सी जो बिक्रम सिंह मजीठिया ने राजनीति शुरू की सी उदों मैं उन्होंने नाल चलिया मैं अपने घरों अपन गड्डिया लैके अपने घरों अपना पैसा ला के उन्होंने नाल चलिया छड़ना जो राज भाग आया जी उन्होंने फिर जोड़े वो मतलब समझ लो बखीर खान बांदरी के डंडे खान रिछ वो फिर जोड़े साढ़े वर्गे बंदे सानू किसी ने मान सम्मान भी नहीं दिता वो फिर होर ही गल्लां चल पईआं जी तो जदों उन्होंने जो हालात वेखे जब कोई जायज़ गल भी उन्होंने मतलब कोई सब कही दी सी मैं समझदा कि उन्होंने बड़ा वड्डा जिहड़ा जदों सत्ता का नशा जदों आ जांदा वो फिर सत्ता के नशे के जिहड़े आ पूरे गलतान हो गए वो साढ़े वर्गियां नूं तो फिर समझते नहीं सी इस करके भरा उन्होंने छड्ड के मजीठा साहब जां जे नाल सी लाम लश्कर होर भी चलता सी जिहड़ी मेरा वीर मजीठिया हो गया जां इत्थे साढ़े हल्के दे जिहड़े अजकल रहे ने विधायक विरसा सिंह बुलटोआ वो बड़ियां बड़ियां डींगा मारन लग पे बांह भी बुलटोआ साहब ने फड़ाई सी उदों मजीठा साहब नूं जां तुसीं आप डायरेक्ट गए सी उधर नहीं जी मेरी बांह मैं जद उत्थे उन्हां कोल गया सी पहली जद करी सुखबीर सिंह बादल जद उन्होंने पार्लीमेंट इलैक्शन लड़ी सी जगमीत सिंह बराड के खिलाफ मेरी बांह संत गरवाली वाले जिहड़े है महापुरख से उन्होंने मेरी बांह फड़ाई सी उन्हां नूं ते मैं उदों उन्हां दे नाल तुरिया सी पर जद उत्थे उन्हां दे नाल जिहड़े माड़े दिनां जद खलोते जद चंगे दिन आए तो फिर जिहड़े विरसा सिंह बुलटोआ वर्गे है वो कहिंदे सी भी मैं जिहड़ा वा जी मेरे करके ही आ इत्थे सारा कुछ मैं इन्हां नूं कहूँगा तो तुहानूं सवेरे घरों कढ देंगे घरों तुहानूं ते मैं मेरा वीर इहो जिहा मतलब जां समझ लो जलील बंदा तो हैगा नहीं सी मैं उन्हां नूं छड्ड के फिर अपने घर वापस आ गया कांग्रेस ज्वाइन कर ली नहीं जी कांग्रेस ज्वाइन नहीं की मैं जब मनप्रीत सिंह बादल जी ने पीपल पार्टी बनाई सी मैं उन्हां वल्लों जिहड़ी 2012 में इत्थों इलैक्शन लड़ी सी मैं मनप्रीत सिंह पीपल पार्टी कांग्रेस नाल तुसीं सिद्धे डायरैक्ट तौर ते नहीं गए डायरैक्ट तौर ते मैं कांग्रेस च नहीं गया जी 5 साल का राजपा कि वेखते हैं इस टाइम भुल्लर साहब का इतने तो तुम कि दावेदारी पेश करते हैं कि जित जोगे आम आदमी पार्टी की सरकार आ सकती है बिल्कुल जी राज रहा जब 5 साल का जोड़ा उन्हों का जो कार्यकाल जे मैं कोई गल करा तो तुम कहो कि यार विरोधी धिर जड़े विरोधी धिर रौला पाँदी दी तुम अज मेरे हल्के आए हो साढ़े हल्के आए हो तुम जाके पिंडा का हाल वेखो 5 साल मैं कहना भी अज भी लोगों की डिमांड की है जब पिंडा में जाने लोग दो गल्लां ब्रदर साढ़े नाल करदे आ एक तां कहिंदे वी यार तुहाडे गड़ी लीडरां गड़ी इक्को ही बेनती है वी एक तां जिहड़ियां पंचायतां वा उह साडियां इलैक्शनां करा दिया जे तुसीं साडा इलैक्शन लड़न दा वी हक खोह लिया जिहड़े साडे इत्थे हलका विधायक रहे उन्हां ने विरसा सिंह बुलटोए ने भी इही कीता सुखपाल सिंह भुल्लर ने भी जिहड़ा लोकां नूं जिहड़ा इलैक्शन लड़न दा हक सी उह वी पंचायतां वी लोकां नूं उन्हां दी मर्जी मुताबक नहीं बणाउण दित्तियां ते अज वी जद लोकां विच जांदे आ कोई कहिंदा यार मेरी तां गली वी नहीं बणी मेरी नाली नहीं बणी मतलब गलियां नालियां तक भी लिजा के रखता अज भी उही सवाल ने होर तरक्की की गल तो इतने की होनी सी आम आदमी पार्टी की लैके आऊगी नरोआ पंजाब सिरजण दीआं गल्लां जरूर सारे करदे आ आम आदमी पार्टी की दऊ खास पंजाब नूं आम आदमी पार्टी जिहड़ी है मेरे वीर मैं भी बड़ा सोच समझ के जिहड़ा फैसला किया सी मैं क्योंकि जब आम आदमी पार्टी का जिहड़ा पूरा एजेंडा जां जिहड़ा उन्हां दिल्ली दे विच राज कीता उस चीज़ नूं वेख्या वाचिया तुसीं अज भी जे आपां दिल्ली की गल करिए तो जिहड़ियां केजरीवाल साहब ने गल्लां कहियां सी चाहे वह सेहत सेवावां की गल होवे उन्होंने पूरियां कीतियां चाहे वह एजुकेशन की गल होवे अज दिल्ली दे तुसीं जाके स्कूल वेख सकते हो चाहे पानी की गल होवे चाहे होर समस्या जिहड़ियां उत्थे जिवें उत्थे माफिया चलदा सी पानी दा माफिया उहनू तोड़ के उन्होंने हरेक गल नूं जिहड़ी उन्होंने गल दिल्ली वासियां नूं कही सी उह कीती है उही गल उन्होंने कहा कि पंजाब दे विच जिहड़ियां मेन अज जिहड़ियां लोड़ां साडियां सी दो तीन चीज़ां लोग मंगदे ही कुछ नहीं लोगों की इक्को ही मंग है यार एक तो सानू जिहड़ा साडा राइट आ साडियां जिहड़ियां सेहत सेवावां साडे चंगे इत्थे हॉस्पिटल बन जाण
ਸਾਡਾ ਵਧੀਆ ਇਲਾਜ ਹੋਵੇ, ਸਾਨੂੰ ਐਜੂਕੇਸ਼ਨ ਜਿਹੜੀ ਅਸੀਂ ਇਸ ਪੱਖ ਤੋਂ ਸਾਡੇ ਇੱਥੇ ਤੁਸੀਂ ਬਾਰਡਰ ਏਰੀਆ ਹੈ, ਤੁਸੀਂ ਸਕੂਲਾਂ ਦੇ ਵਿੱਚ ਇੱਥੇ ਮੇਰੇ ਹਲਕੇ ਦੇ ਵਿੱਚ ਰਾਮੂਵਾਲ ਪਿੰਡ ਹੈ ਜੀ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਿ ਸਰਕਾਰੀ ਸਕੂਲ ਨੂੰ ਉੱਥੇ ਜਿੰਦਰਾ ਲੱਗਾ ਪਿਆ ਹੈ। ਇਹ ਹਾਲਾਤ ਹੈ, ਕਾਰਨ ਇਹੀ ਹੈ ਜੀ, ਕੋਈ ਧਿਆਨ ਹੀ ਨਹੀਂ ਦਿੰਦਾ। ਜੇ ਇੱਥੇ ਵਿਰਸਾ ਸਿੰਘ ਬਲਟੋਆ ਵੀ ਰਹੇ ਆ, ਸਾਡੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੀ ਹੈ, ਉਹਨਾਂ ਨੇ ਆਪਣੀਆਂ ਬਸ ਜਿਹੜੀਆਂ ਗੱਲਾਂ ਚੰਮ ਦੀ ਚੱਲੀ ਉਹ ਚਲਾਈਆਂ, ਉਹਨਾਂ ਨੇ ਲੋਕਾਂ ਦੀ ਜਿਹੜੀ ਜਿਹੜੇ ਵਿਚਾਰੀ ਦੁੱਖ ਦੀ ਜਿਹੜੀ ਰੱਗ ਸੀ ਉਹ 'ਤੇ ਮਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੀਐਮ ਚਿਹਰਾ ਕਿਹੜਾ ਦਿਓਗੇ ਵੈਸੇ ਆਉਣ ਵਾਲੇ ਸਮੇਂ ਦੇ ਵਿੱਚ, ਕਿ ਇੱਕ ਨੰਬਰ ਹੀ ਤੁਸੀਂ ਅਨਾਊਂਸ ਕਰ ਦਿੱਤਾ ਵਾ, ਉਸ ਨੰਬਰ ਦੇ ਉੱਤੇ ਕੀ ਆਵਾਜ਼ ਆਉਂਦੀ ਉਹ ਤਾਂ ਗਾਹ ਦੀ ਗੱਲ ਆ। ਵੈਸੇ ਕੀ ਲੱਗਦਾ ਪੰਜਾਬ ਦਾ ਸੀਐਮ ਚਿਹਰਾ ਕਿਹੜਾ ਆਊਗਾ ਅਤੇ ਕਿਹੋ ਜਿਹੀ ਕ੍ਰਾਂਤੀ ਲਿਆਊਗੀ? ਵੇਖੋ ਜੀ, ਜਿਹੜੀ ਸੀਐਮ ਚਿਹਰੇ ਦੀ ਗੱਲ ਆ, ਜਿਹੜਾ ਨੰਬਰ ਪਾਰਟੀ ਨੇ ਜਾਰੀ ਕੀਤਾ ਹੈ ਉਹ ਮੈਂ ਕਹਿੰਦਾ ਕਿ ਵਧੀਆ, ਉਹਨਾਂ ਨੇ ਸਹੀ ਮਾਇਨੇ 'ਚ ਜੇ ਉਹਨਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਹਾਂ ਤਾਂ ਉਹਨਾਂ ਨੇ ਆਮ ਆਦਮੀ ਵਾਲੀ ਗੱਲ ਕੀਤੀ ਹੈ। ਜੇ ਉਹਨਾਂ ਨੇ ਟਿਕਟਾਂ ਵੀ ਦਿੱਤੀਆਂ, ਤਿੰਨ ਤਿੰਨ ਸਰਵੇ ਕਰਵਾ ਕੇ ਲੋਕਾਂ ਦੀ ਰਾਏ ਮੁਤਾਬਕ ਟਿਕਟਾਂ ਦਿੱਤੀਆਂ, ਮੁੱਖ ਮੰਤਰੀ ਦਾ ਚਿਹਰਾ ਵੀ ਕੇਜਰੀਵਾਲ ਸਾਹਿਬ ਨੇ ਕਿਸੇ ਦੇ ਸਿਰ 'ਤੇ ਥੋਪਣਾ ਨਹੀਂ ਗਾ ਪੰਜਾਬ ਦੇ ਸਿਰ 'ਤੇ, ਉਹ ਲੋਕਾਂ ਦੀ ਪਬਲਿਕ ਦੀ ਰਾਏ ਲੈ ਰਿਹਾ ਵੀ ਤੁਹਾਨੂੰ ਕਿਹੜਾ ਬੰਦਾ ਚਾਹੀਦਾ। ਕੁਛ ਲੋਕ ਇਹ ਵੀ ਕਹਿ ਰਹੇ ਕਿ ਟਿਕਟਾਂ ਵੇਚੀਆਂ ਗਈਆਂ ਵਾ ਆਮ ਆਦਮੀ ਪਾਰਟੀ ਵੱਲੋਂ, ਵੀ ਕੁਛ ਰਾਘੋ ਜੀ 'ਤੇ ਵੀ ਇਲਜ਼ਾਮ ਲੱਗ ਰਹੇ ਆ। ਮੇਰੇ ਵੀ ਟਿਕਟਾਂ ਮੈਂ ਤੁਹਾਡੇ ਸਾਹਮਣੇ ਖੜ੍ਹਾਂ ਜੀ, ਇੱਕ ਗਰੀਬ ਜੱਟ। ਕਿੰਨੇ ਕਰੋੜ ਦਿੱਤੇ? ਮੈਂ ਗਰੀਬ ਜੱਟ ਦਾ ਇੱਕ ਪੋਤਾ ਜੀ, ਮੈਨੂੰ ਲੱਗਦਾ ਕਿ ਜ਼ਮੀਨ 25-30 ਕਿੱਲੇ ਹੈਗੀ ਸੀ, ਵੇਚ ਵੁੱਚ ਕੇ 5-7-10 ਕਿੱਲੇ ਰਹਿ ਗਈ। ਵੇਚਣੀ ਕਿਉਂ ਪੈ ਗਈ? ਵੇਚਣੀ ਇਹੀ ਆ, ਰਾਜਨੀਤੀ ਦੀ ਵੇਚੀ ਜੀ। ਰਾਜਨੀਤੀ ਬਣਦੀ ਆ ਜ਼ਮੀਨ, ਤੁਸੀਂ ਵੇਚੀ ਕਿਉਂ? ਗਵਾਹੀ ਹੈ ਜੀ, ਆਉਣ ਦਾ ਰਿਕਾਰਡ ਆ ਮੇਰੀ, ਤੁਸੀਂ ਮੇਰੀਆਂ ਫਰਦਾਂ ਲਵਾ ਕੇ ਵੇਖ ਸਕਦੇ ਹੋ। ਅਸੀਂ ਤਾਂ ਕਈ ਥਾਵਾਂ 'ਤੇ ਗਏ ਹਾਂ, ਇੱਕ ਹਲਕੇ 'ਚ ਗਏ ਸੀ ਅਤੇ ਉਹ ਹਲਕੇ ਦੇ MLA ਸਾਹਿਬ ਪਹਿਲਾਂ ਕਹਿੰਦੇ ਸਬਜ਼ੀ ਵੇਚਦੇ ਹੁੰਦੇ ਸੀ, ਅਤੇ ਜਦੋਂ ਬਿਲਡਿੰਗ ਦੇ ਸਾਹਮਣੇ ਖਲੋਤੇ ਤਾਂ 4 ਮੰਜ਼ਿਲਾ ਬਿਲਡਿੰਗ ਸੀ ਅਤੇ ਥੱਲੇ 8-10 ਦੁਕਾਨਾਂ ਸੀ, ਅਤੇ ਫਿਰ ਤੁਹਾਨੂੰ ਸਿਆਸਤ ਜਾਣ ਕੇ ਤਾਂ ਲੀਡਰ ਬਣ ਜਾਂਦੇ ਆ, ਤਾਂ ਤੁਸੀਂ ਕਿਉਂ ਠਾਣੂ ਗਏ? ਮੈਂ ਮੇਰੇ ਵੀਰ ਮੇਰਾ ਵੇਖੋ, ਇੱਕ ਤਾਂ ਜਿਹੜੀ ਗੱਲ ਆ, ਜਿਹੜਾ ਮੇਰਾ ਬਾਪ ਜਿਹੜੀ ਮੈਨੂੰ ਜਾਇਦਾਦ ਦੇ ਗਿਆ ਸੀ ਮੇਰੀ, ਉਹ ਤੋਂ ਮਤਲਬ ਤੁਸੀਂ ਸਮਝ ਲਓ ਵੀ 2-3 ਗੁਣਾ ਘਟੀ ਹੈ, ਆਉਣ ਦਾ ਰਿਕਾਰਡ ਹੈ। ਕਿਉਂਕਿ ਮੈਂ ਮੇਰੇ ਵੀਰ ਅੱਜ ਤੱਕ ਜੇ ਅੱਜ ਮੈਨੂੰ ਹਲਕੇ ਦੇ ਲੋਕ ਪਿਆਰ ਕਰ ਰਹੇ ਆ, ਸਾਰਿਆਂ ਲੋਕਾਂ ਨੂੰ ਮੇਰੀ ਸ਼ਖਸੀਅਤ ਬਾਰੇ ਪਤਾ, ਮੇਰੇ ਕਿਰਦਾਰ ਬਾਰੇ ਪਤਾ ਕਿ ਮੈਂ ਕਿਸੇ ਤੋਂ 5 ਪੈਸੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਲਏ ਹੋਣ, ਉਹ ਲੋਕਾਂ ਦੇ ਸਾਹਮਣੇ ਆ। ਅਤੇ ਤੁਹਾਨੂੰ ਪਤਾ ਹੀ ਹੈ ਰਾਜਨੀਤੀ ਦੇ ਵਿੱਚ ਜਦੋਂ ਰੋਜ਼ ਘਰੋਂ ਨਿਕਲਣਾ ਤਾਂ ਫਿਰ ਉਜਾੜੇ ਤਾਂ ਹੁੰਦੇ ਆ। ਦੂਜੀ ਗੱਲ ਜਿਹੜੀਆਂ ਇਹਨਾਂ ਲੋਕਾਂ ਦੀ ਗੱਲ ਹੈ, ਇਹਨਾਂ ਲੀਡਰਾਂ ਦੀ ਜਿਹੜੀ ਗੱਲ ਹੈ, ਇਹਨਾਂ ਲੀਡਰਾਂ ਨੇ ਤਾਂ ਇਹਨੂੰ ਵਪਾਰ ਬਣਾਇਆ ਹੈ ਰਾਜਨੀਤੀ ਨੂੰ। ਜੇ ਆਪਾਂ ਤੁਸੀਂ ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ, ਅੱਜ ਪੰਜਾਬ ਕੋਈ ਇੱਕ ਦਿਨ ਵਿੱਚ ਨਹੀਂ ਉਜੜ ਗਿਆ, ਪੰਜਾਬ ਨੂੰ ਉਜੜਦਿਆਂ ਉਜੜਦਿਆਂ ਮੈਂ ਮੇਰੇ ਵੇਹਦਿਆਂ ਵੇਹਦਿਆਂ ਪੰਜਾਬ ਉਜੜਿਆ। ਕਿਉਂਕਿ ਜਿਹੜੇ ਪੰਜਾਬ ਦੇ ਜਿਹੜੇ ਸੋਰਸ ਆ, ਜਿੱਥੋਂ ਪੰਜਾਬ ਨੂੰ ਜਿਹੜਾ ਉਹਦਾ ਪੈਸਾ ਜਿਹੜਾ ਖਜ਼ਾਨੇ ਵਿੱਚ ਜਾਣਾ, ਚਾਹੇ ਤੁਸੀਂ ਮਾਈਨਿੰਗ ਦੀ ਗੱਲ ਕਰ ਲਓ, ਚਾਹੇ ਤੁਸੀਂ ਟਰਾਂਸਪੋਰਟ ਦੀ ਗੱਲ ਕਰ ਲਓ, ਕਿਸੇ ਵੀ ਤੁਸੀਂ ਗੱਲ ਕਰ ਲਓ, ਤੁਸੀਂ ਹਰੇਕ 'ਤੇ ਇਹਨਾਂ ਲੋਕਾਂ ਦੇ ਕਬਜ਼ੇ ਆ। ਅਤੇ ਤੁਸੀਂ ਆਪ ਦੱਸੋ ਫਿਰ ਪੰਜਾਬ ਨੂੰ ਅੱਜ ਇੱਕ ਹੋਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਜਦੋਂ ਵੀ ਗੱਲ ਕਰਦੇ ਹੋ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, 70 ਸਾਲ ਤਾਂ ਤੁਸੀਂ ਰਵਾਇਤੀ ਪਾਰਟੀਆਂ ਨੇ ਰਾਜ ਕੀਤਾ, ਉਹ ਖਜ਼ਾਨਾ ਖਾਲੀ ਕਿਹਨੇ ਕੀਤਾ? 11 ਦਿਨ ਤਾਂ ਬਹੁਤ ਖੋਲ੍ਹਿਆ ਸੀ ਚੰਨੀ ਸਾਹਿਬ, ਜਿੱਥੇ ਜਾਂਦੇ ਸੀ ਕਰੋੜਾਂ ਦੇ ਗੱਫੇ, ਖਜ਼ਾਨਾ ਖਾਲੀ ਨਹੀਂ ਸੀ, ਖਜ਼ਾਨਾ ਭਰ ਗਿਆ ਲੱਗਦਾ। ਗੱਲ ਮੇਰੇ ਵੀਰ ਗੱਲ ਇਹ ਨਹੀਂ ਹੁੰਦੀ, ਵੇਖੋ ਕਰਜ਼ ਤੁਸੀਂ ਜਿਹੜਾ ਬੰਦਾ ਕਰਜ਼ ਦੇ ਕੇ ਇੱਥੇ, ਆਪਾਂ ਪਿੰਡਾਂ ਵਿੱਚ ਵੀ ਕੀ ਹੈ, ਕਈ ਵਿਚਾਰੇ ਜਿਹੜੇ ਉਹ ਆਪਦੀ ਜ਼ਮੀਨ ਵੇਚ ਕੇ ਗਾਂਹ ਮੰਡੀ ਜਾਂਦੇ ਆ, ਆਪਦੀ ਜਾਇਦਾਦ ਵੇਚ ਕੇ ਅਤੇ ਗਾਂਹ ਨਿਆਣਿਆਂ ਨੇ ਭੁੱਖੇ ਮਰਨਾ। ਅੱਜ ਪੰਜਾਬ ਦੇ ਸਿਰ 'ਤੇ ਤੁਸੀਂ ਕਰਜ਼ਾ ਚਾੜ ਕੇ, ਤੁਸੀਂ ਇਲੈਕਸ਼ਨ ਲੜਨ ਦੇ ਜੇ ਦੇਣਾ ਸੀ ਉਹਨਾਂ ਨੇ ਪੰਜਾਬ ਨੂੰ ਕੁਛ, 5 ਸਾਲ ਪਹਿਲਾਂ ਜਦੋਂ ਰਾਜ ਭਾਗ ਬਣਿਆ, ਉਹ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ। ਵੇਖੋ ਇੱਕ ਵੱਡੀ ਗੱਲ ਜਿਹੜੀ ਆ, ਅੱਜ ਮੈਂ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਸਲਾਮ ਕਰਦਾ, ਜੇ ਉਹ ਬੰਦੇ ਨੇ ਸਹੂਲਤਾਂ ਦਿੱਤੀਆਂ ਹੈ ਤਾਂ ਦਿੱਲੀ 70,000 ਕਰੋੜ ਦਾ ਮੁਨਾਫਾ ਕਮਾ ਰਹੀ ਆ ਦਿੱਲੀ ਸਰਕਾਰ, ਦਿੱਤੀਆਂ ਸਾਰੀ ਸਹੂਲਤਾਂ, ਮਤਲਬ ਉਹਨਾਂ ਨੇ ਜਿਹੜਾ ਵਾ ਉਹਨਾਂ ਨੇ ਸਟੇਟ ਨੂੰ ਘਾਟੇ ਵੱਲ ਨਹੀਂ ਖੜਿਆ। ਇਹ ਕਿੱਥੋਂ ਦੇ ਰਿਹਾ ਪੰਜਾਬ ਸਰਕਾਰ, ਕਿੱਥੋਂ ਦੇ ਕਰਜ਼ਾ ਲੈ ਕੇ? ਬਿਲਕੁਲ ਜੀ, ਕਰਜ਼ਾ ਲੈ ਕੇ ਦੇ ਰਹੀ ਹੈ, ਜਿਹੜੇ ਰੈਵੀਨਿਊ ਤੁਸੀਂ ਜਾ ਕੇ ਵੇਖ ਲਓ ਕਿ ਪੰਜਾਬ ਦਾ ਫਿਰ ਰੋਜ਼ ਬਜਟ ਤਾਂ ਹਰ ਸਾਲ ਘਾਟੇ 'ਚ ਆ ਜੀ, ਸਾਡਾ ਬਜਟ 'ਤੇ ਇਹਨਾਂ ਨੇ ਕੋਈ ਪੰਜਾਬ ਨੂੰ ਜਿਹੜਾ ਪ੍ਰੋਫਿਟ ਵੱਲ ਖੜਨ ਦੀ ਗੱਲ ਥੋੜ੍ਹੀ ਕੀਤੀ ਹੈ। ਜੇ ਸਿੱਧੂ ਸਾਹਿਬ ਬੋਲਦੇ ਆ, ਉਹ ਕਹਿੰਦੇ ਜੀ ਮੈਂ ਬੜਾ ਰੋਡ ਮੈਪ ਲੈ ਕੇ ਆਊਂਗਾ, ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਰੋਡ ਮੈਪ ਲੈ ਕੇ ਕਿੰਨੇ ਆਉਣਾ, ਸਰਕਾਰ ਤਾਂ ਤੁਹਾਡੀ ਹੈ। ਉਹ ਕਹਿੰਦੇ ਅਗਲੇ 5 ਸਾਲ ਦੋ ਇੱਕ ਵਧੀਆ ਸਰਕਾਰ ਫਿਰ ਆਊਗੀ। ਕੱਲ੍ਹ ਮੇਰੀ ਆਈ ਸੀ ਉਪ ਮੁੱਖ ਮੰਤਰੀ ਤਾਂ ਵਜੀ ਨਾਲ ਗੱਲ, ਕਹਿੰਦੇ ਸਮਾਂ ਬੜਾ ਥੋੜ੍ਹਾ ਮਿਲਿਆ ਸਾਨੂੰ, ਕੇਵਲ 111 ਦਿਨ ਮਿਲੇ ਅਤੇ ਮੇਰੇ ਕੰਮ ਵੇਖੋ, ਉਹਨਾਂ ਵੀ ਕਿਹਾ ਚੈਲੰਜ ਵੀ ਕੀਤਾ ਇੱਕ ਹਿਸਾਬ ਨਾਲ, ਮੇਰੇ ਕੰਮ ਵੇਖੋ ਲੋਕਾਂ ਨੂੰ ਕਿਹਾ, ਅਤੇ ਜੇ ਅਗਲੇ 5 ਸਾਲ ਦੇ ਦੋਗੇ ਤਾਂ ਬੇਅਦਬੀ ਦਾ ਮੁੱਦਾ ਬਹੁਤ ਭਾਰੂ ਰਿਹਾ। ਬੇਅਦਬੀ ਦੇ ਮੁੱਦੇ 'ਤੇ ਸਰਕਾਰ ਬਣੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਕਿਹਾ ਸੀ ਕਿ ਲੱਕ ਤੋੜ ਦਾਂਗੇ ਨਸ਼ੇ ਦਾ, ਇਹ ਦੋਵਾਂ ਸਵਾਲਾਂ 'ਤੇ ਕਿਵੇਂ ਵੇਖਦੇ, ਬੇਅਦਬੀ ਦਾ ਮੁੱਦਾ ਅਤੇ ਨਸ਼ਿਆਂ ਦਾ ਲੱਕ ਟੁੱਟ ਗਿਆ ਹਲਕੇ ਦੇ ਵਿੱਚ? ਉਹ ਤਾਂ ਮੇਰੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ, ਜੇ ਆਪਾਂ ਜੇ ਉਹਨਾਂ ਦੀ ਗੱਲ ਕਰੀਏ, ਜਦੋਂ ਉਹ ਬੋਲਦੇ ਆ ਉਹਨਾਂ ਨੇ ਪਿੱਛੇ ਰਿਕਾਰਡ ਵੀ ਕਢਾ ਕੇ ਦਿੱਤਾ ਮੇਰੇ ਹਲਕੇ ਦਾ, ਉਹਨਾਂ ਨੇ ਮੇਰਾ ਖਿਆਲ 300 ਕਰੋੜ ਤੋਂ ਵੱਧ ਪੈਸਾ ਦੱਸਿਆ ਵੀ ਇੱਥੇ ਹਲਕੇ ਵਿੱਚ ਆਇਆ, ਅਤੇ ਤਿੰਨ
ਜੇ ਕੈਪਟਨ ਅਮਰਿੰਦਰ ਇਹ ਬੋਲਦੇ ਆ ਵੀ ਮੈਂ ਹਰੇਕ ਹਲਕੇ ਦੇ ਵਿੱਚ 400-400 ਕਰੋੜ ਰੁਪਈਆ ਦਿੱਤਾ ਜੀ, ਉਹ 400-400 ਕਰੋੜ ਗਿਆ ਕਿੱਥੇ? ਤੁਸੀਂ ਗੱਲ ਬੇਅਦਬੀ ਦੀ ਕੀਤੀ। ਵੇਖੋ ਮੈਂ ਇੱਕ ਗੱਲ ਕਰਾਂ ਬ੍ਰਦਰ, ਮੈਂ ਵੀ ਗੁਰੂ ਨੂੰ ਮੰਨਣ ਵਾਲਾ, ਪਰਮਾਤਮਾ ਨੂੰ ਮੰਨਣ ਵਾਲਾ। ਇਹ ਲੋਕ ਕੌਣ ਹੁੰਦੇ ਗੁਰੂ ਨੂੰ ਨਿਆਂ ਦਾ? ਨਿਆਂ ਤਾਂ ਉਹਨੇ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਹੋਣਾ। ਜਿਹੜਾ ਬੰਦਾ ਵੀ ਕੋਈ ਦੋਸ਼ੀ ਹੋਇਆ ਉਹ ਮੇਰੇ ਵੀਰੋਂ ਬਚ ਨਹੀਂ ਸਕਦਾ। ਜਿਹੜੀ ਇਹਨਾਂ ਦੀ ਗੱਲ ਹੈ, ਇਹਨਾਂ ਨੇ ਸਿਰਫ ਝੂਠ ਦੀ ਇੱਕ ਰਾਜਨੀਤੀ ਕੀਤੀ ਹੈ। ਤੁਸੀਂ ਮੈਨੂੰ ਇਹ ਗੱਲ ਦੱਸੋ, ਜੇ ਮਹਾਰਾਣੀ ਸਾਹਿਬ ਦਾ ਕੋਈ ਪਰਸ ਚੋਰੀ ਹੋ ਜਾਵੇ ਉਹ ਘੰਟੇ ਵਿੱਚ ਫੜ ਲੈਂਦੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਆ ਉਹ ਕੀ ਗੱਲ, ਉਹ ਫੜ ਕੇ ਅੰਦਰ ਨਹੀਂ ਸੀ ਦੇ ਸਕਦੇ? ਜਿਹੜੇ ਬਗਰਾੜੀ ਦੇ ਵਿੱਚ ਸਾਡੇ ਭਰਾ ਜਿਹੜੇ ਵਿਚਾਰੇ ਸਾਡੇ, ਅਸੀਂ ਇੱਕ ਬੰਨੇ ਜਿਹੜੇ ਪੰਥ ਦੇ ਨਾਂ 'ਤੇ ਵੋਟਾਂ ਮੰਗਣ ਵਾਲੇ ਲੋਕ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਨਾਂ 'ਤੇ ਆਪਣੀਆਂ ਦੁਕਾਨਾਂ ਚਲਾਈਆਂ, ਉਹਨਾਂ ਲੋਕਾਂ ਨੇ ਜਿਹੜੇ ਸ਼ਾਂਤਮਈ ਧਰਨਾ ਦੇ ਰਹੇ ਸੀ ਉਹਨਾਂ ਨੂੰ ਤਾਂ ਗੋਲੀਆਂ ਮਾਰਤੀਆਂ। ਜਿਹੜੇ ਡੇਰੇ ਵਾਲੇ ਰੋਜ਼ ਸਿੱਖਾਂ 'ਤੇ ਗੱਲ ਪੈਂਦੇ ਨੇ ਉਹਨਾਂ 'ਤੇ ਕਦੀ ਕਿਸੇ ਨੇ ਚਪੇੜ ਨਹੀਂ ਮਾਰੀ, ਉਹਨਾਂ ਨੂੰ ਤਾਂ ਕਦੀ ਉਹਨਾਂ ਨੂੰ ਸਕਿਉਰਟੀਆਂ ਦੇਤੀਆਂ। ਤੁਸੀਂ ਦੱਸੋ ਫਿਰ ਦੋਸ਼ੀ ਕੌਣ ਆ? ਤਾਂ ਉਹਨਾਂ, ਇਹ ਮੇਰਾ ਵੀਰ, ਇਹਨਾਂ ਨੇ ਅਸਲ 'ਚ, ਮੈਂ ਇੱਕ ਗੱਲ ਦੱਸਾਂ ਜੀ, ਮਹਾਰਾਜ ਸਾਹਿਬ ਦੀ ਗੁਰਬਾਣੀ ਦੇ ਵਿੱਚ ਇੱਕ ਆਉਂਦਾ ਹੈ ਸ਼ਬਦ, ਇਨ ਲੋਗਣ ਰਾਮ ਖਲੋਨਾ ਜਾਣਾ। ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਆ ਵੀ ਗੁਰੂ ਗ੍ਰੰਥ ਸਾਹਿਬ ਸ਼ਾਇਦ ਉੱਦਾਂ ਹੀ ਹੈ ਜੀ, ਕੋਈ ਗੱਲ ਨਹੀਂ ਪਰਮਾਤਮਾ, ਪਰ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਹੈ। ਸੁਖਬੀਰ ਜੀ ਤਾਂ ਬਹੁਤ ਵੱਡੀ ਗੱਲ ਕਰ ਗਏ, ਜਿਹਨੇ ਬੇਅਦਬੀਆਂ ਕਰਾਈਆਂ ਉਹ ਤਾਂ ਰਵੇ ਹੀ ਕੱਖ ਨਾ, ਇਹ ਬੜੀ ਵੱਡੀ ਗੱਲ। ਮੇਰੇ ਵੀਰ ਗੱਲ ਇਹ ਨਹੀਂ, ਮੈਂ ਉਹਨੂੰ ਪੁੱਛਣਾ ਚਾਹੁੰਦਾ ਬਾਦਲ ਸਾਹਿਬ ਨੂੰ ਕਿ ਇੱਧਰ ਉੱਧਰ ਕੀ ਬਾਤ ਨਾ ਕਰ, ਬਤਾ ਕਿ ਜੇ ਕਾਫਲੇ ਕਿਉਂ ਲੁੱਟੇ ਗਏ? ਸੁਖਬੀਰ ਸਿੰਘ ਬਾਦਲ, ਤੇਰੇ ਰਾਜ ਦੇ ਵਿੱਚ, ਪੰਥ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦਾ ਨਰਾਦਰ ਹੋ ਜਾਏ ਤੇ ਤੈਨੂੰ ਉਸੇ ਦਿਨ ਹੀ ਜਿਹੜਾ ਵਾ ਆਪਦਾ ਰਾਜ ਭਾਗ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਸੀ। ਜ਼ਿੰਮੇਵਾਰੀ ਕਿਹਦੀ ਬਣਦੀ ਸੀ? ਇਨਸਾਫ ਦਵਾਉਣਾ ਸੀ, ਲੋਕਾਂ ਨੇ ਕਹਿਤਾ ਕਿ CBI ਨੂੰ ਕੋ ਦੇ ਦਿਓ ਕੇਸ, ਤੁਹਾਡੇ 'ਤੇ ਵਿਸ਼ਵਾਸ ਨਹੀਂ ਹੈਗਾ, ਅਸੀਂ CBI ਨੂੰ ਦੇ ਤਾ, CBI ਨੇ ਨਿਆਂ ਨਹੀਂ ਦਿੱਤਾ। ਉਹ ਕਹਿੰਦੇ ਅਸੀਂ ਤਾਂ ਸਾਫ ਬਰੀ ਹਾਂ, ਅਜੇ ਵੀ ਕਹਿ ਰਹੇ ਹਾਂ। ਜਿਹੜੇ ਬੰਦੇ ਨੇ ਨਰਾਦਰ ਕਰਵਾਇਆ ਜੀ ਉਹਨੂੰ ਅਕਾਲ ਤਖ਼ਤ ਤੋਂ ਮਾਫ਼ੀ ਕਿੰਨੇ ਦਵਾਈ? ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਿੰਨੇ ਕਰਵਾਇਆ? ਉਹ ਤਾਂ ਗੱਲ ਕੋਈ ਲੋਕਾਂ ਦੇ ਸਾਹਮਣੇ ਆ, ਕੋਈ ਲੁਕੀ ਛੁਪੀ ਗੱਲ ਹੈਗੀ ਨਹੀਂ। ਜਿਹੜੇ ਬੰਦੇ, ਤੁਸੀਂ ਮੈਨੂੰ ਇਹ ਗੱਲ ਦੱਸੋ, ਇੱਕ ਬੰਦਾ ਸਾਡੇ ਪਿਓ ਦੀ ਪੱਗ ਲਾ ਕੇ ਲੈ ਜੇ, ਸਾਡੀ ਪਿਓ ਦੀ ਪੱਗ ਨੂੰ ਹੱਥ ਪਾਵੇ, ਅਤੇ ਦੂਜੇ ਬੰਨੇ ਅਸੀਂ ਜਿਹੜਾ ਪੱਗ ਨੂੰ ਹੱਥ ਪਾਉਣ ਵਾਲਾ ਉਹਨੂੰ ਅਸੀਂ ਜਾ ਕੇ ਕੋਰਟ ਤੋਂ ਜਾਂ ਜਿਹੜੀਆਂ ਆਮ ਦੁਨਿਆਵੀ ਕੋਰਟਾਂ ਉਹਨਾਂ ਤੋਂ ਮਾਫ਼ੀਆਂ ਦਵਾ ਦਈਏ, ਫਿਰ ਤੁਸੀਂ ਦੱਸੋ ਅਸੀਂ ਕਿੱਧਰ ਦੇ ਪੰਥ 'ਤੇ, ਅਸੀਂ ਕੌਣ, ਸਾਡਾ ਅਸੀਂ ਪੰਥ ਦੇ ਨਾਂ 'ਤੇ ਮਖੌਟੇ ਪਾਏ ਹੋਏ ਆ। ਵੱਡੀ ਕੋਰਟ ਹੈਗੀ ਆ ਅਕਾਲ ਤਖ਼ਤ ਸਾਹਿਬ, ਜੇ ਅਸੀਂ ਗੱਲ ਕਰੀਏ ਤਾਂ ਦੁਨਿਆਵੀ ਕੋਟਾਂ ਛੱਡੋ, ਅਕਾਲ ਤਖ਼ਤ ਸਾਹਿਬ ਤੋਂ ਵੀ ਮਾਫ਼ੀਨਾਮਾ ਹੋ ਗਿਆ ਸੀ ਉਹਦੇ ਵਾਸਤੇ। ਮੈਂ ਉਹੀ ਗੱਲ ਕਰ ਰਿਹਾ ਜੀ, ਜੇ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀਨਾਮਾ, ਉਹ ਵੀ ਉਸ ਬੰਦੇ ਨੂੰ ਜਿਹੜੇ ਬੰਦੇ ਨੇ ਸਾਡੇ ਸਿੱਖਾਂ ਉੱਤੇ ਗੋਲੀਆਂ ਚਲਵਾਈਆਂ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਨਰਾਦਰ ਕੀਤਾ। ਮੈਂ ਅੱਜ, ਮੇਰੇ ਵੀਰ ਇੱਕ ਅਫਸਰ ਹੈ, ਮੈਂ ਉਹਦਾ ਨਾਂ ਨਹੀਂ ਲਊਂਗਾ, ਪਰ ਮੈਨੂੰ ਇੱਕ ਵਾਰੀ, ਮੈਂ ਸੱਚਮੁੱਚ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਕਿਹਾ, ਗੁਰੂ ਘਰ ਹੀ ਖੜ੍ਹੇ ਹਾਂ ਆਪਾਂ, ਮੈਂ ਉਹਨੂੰ ਇੱਕ ਵਾਰੀ ਸਵਾਲ ਕੀਤਾ। ਉਹ ਬੰਦਾ ਜਿਹੜੀ ਪਹਿਲੀ ਸਿੱਟ ਬਣੀ ਸੀ ਨਾ ਜੋਰਾ ਸਿੰਘ ਮਾਨ ਵਾਲੀ, ਮੈਂ ਉਹਨੂੰ, ਮਤਲਬ ਉਹ ਸਿੱਟ ਦਾ ਮੈਂਬਰ ਵੀ ਸੀ, ਉਹ ਇਹਨਾਂ ਦਾ ਬੜਾ ਚੇਤਾ ਵੀ ਰਿਹਾ, ਅਤੇ ਮੈਂ ਉਹਨੂੰ ਦਰਵਾਜ਼ਾ ਬੰਦ ਕਰਕੇ ਗੱਲ ਕਹੀ। ਮੈਂ ਕਿਹਾ ਯਾਰ, ਮੈਂ ਨਾ ਕੋਈ, ਮੈਂ ਵੀ, ਮੈਂ ਕਿਹਾ ਕਾਲੀ ਰਿਹਾ, ਮੈਂ ਕੋਈ ਪਾਰਟੀਬਾਜ਼ੀ ਕਰਕੇ ਨਹੀਂ। ਮੈਂ ਕਿਹਾ ਕਈ ਵਾਰੀ ਇਹ ਹੁੰਦਾ ਕਿ ਅਸੀਂ ਦੋਸ਼ ਐਵੇਂ ਲਾ ਦਿੰਦੇ ਹਾਂ। ਮੈਂ ਕਿਹਾ ਤੁਸੀਂ ਸੱਚੀ ਗੱਲ ਦੱਸੀ ਵੀ ਗੱਲ ਕੀ ਹੈ, ਵੀ ਤੁਸੀਂ ਤਾਂ ਇਨਕੁਆਇਰੀ ਵੀ ਕੀਤੀ ਹੈ। ਉਹਨੇ, ਮੇਰੇ ਵੀਰ, ਸੱਚੀ ਗੱਲ ਇਹ ਕੀਤੀ, ਉਹਨੇ ਕਿਹਾ ਯਾਰ ਬਿਲਕੁਲ ਇਹਨਾਂ ਲੋਕਾਂ ਦਾ ਹੱਥ ਹੈ। ਉਹ ਕਹਿੰਦਾ, ਜਦ ਸਾਰੀ ਸਟੋਰੀ ਦੱਸੀ, ਔਰ ਉਹ ਕਹਿੰਦਾ ਆਉਣ ਦਾ ਰਿਕਾਰਡ ਆ, ਜਿਹੜੀ ਜੋਰਾ ਸਿੰਘ ਮਾਨ ਦਾ ਕਮਿਸ਼ਨ ਸੀ ਉਹਦੇ ਵਿੱਚ ਆਉਣ ਦਾ ਰਿਕਾਰਡ, ਉਹ ਗੱਲਾਂ ਲਿਖੀਆਂ। ਜਦੋਂ ਉਹ ਕਹਿੰਦਾ ਅਸਲ 'ਚ ਗੱਲ ਜਿਹੜੀ ਜਿੱਥੋਂ ਚੱਲੀ ਹੈ, ਤੁਸੀਂ ਅੱਜ, ਕਿਉਂਕਿ ਮੈਂ ਬੜੇ ਵਿਸਥਾਰ ਨਾਲ ਗੱਲ ਦੱਸਣੀ ਚਾਹੂੰਗਾ, ਤੁਸੀਂ ਗੱਲ ਕੀਤੀ ਹੈ ਮੈਨੂੰ, ਉਹ ਕਹਿੰਦਾ ਵੀ ਜਦੋਂ ਇੱਕ ਜਿਹੜਾ ਜਥੇਦਾਰ ਮਾਂਜੀ ਹੈ ਅਤੇ ਜਥੇਦਾਰ ਦਾਦੂਵਾਲ ਸਾਹਿਬ, ਉਹ ਜਦੋਂ ਪ੍ਰਚਾਰ ਕਰਦਾ ਸੀ ਸਿੱਖੀ ਦਾ, ਅਤੇ ਲੋਕ ਜਿਹੜੇ ਆ ਸਿੱਖ, ਜਿਹੜਾ ਗੁਰੂ ਸਾਹਿਬ ਦੀਆਂ ਜਿਹੜੀਆਂ ਕਹਾਣੀਆਂ ਸੀ ਜਾਂ ਗੁਰੂ ਸਾਹਿਬ ਦੀ ਜਿਹੜੀ ਗੁਰਬਾਣੀ ਜਦੋਂ ਉਹ ਸੁਣਾਉਂਦੇ ਸੀ ਲੋਕਾਂ ਨੂੰ, ਉਹ ਪ੍ਰਭਾਵਿਤ ਹੋ ਗਏ ਲੋਕ। ਉਹਨਾਂ ਨੇ ਕਿਹਾ ਸੱਚਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਆ। ਲੋਕ ਡੇਰੇ ਵਾਲੇ ਨੂੰ ਛੱਡ ਕੇ ਗੁਰੂ ਸਾਹਿਬ ਨਾਲ ਜੁੜਨਾ ਸ਼ੁਰੂ ਹੋ ਗਏ। ਅਤੇ ਉਹਨਾਂ ਨੇ ਇੱਕ ਕਹਾਣੀ ਦੱਸੀ, ਉਹਨਾਂ ਨੇ ਕਿਹਾ ਇੱਕ ਬਗਰਾੜੀ ਦੇ ਵਿੱਚ ਜਦ ਜਿੱਥੇ ਇਹ ਹੋਇਆ ਘਟਨਾ ਵਾਪਰੀ ਹੈ, ਉੱਥੇ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਜਿਹੜੇ ਜਥੇਦਾਰ ਮਾਂਜੀ ਸਾਹਿਬ ਆ ਉਹਨਾਂ ਦਾ ਦੀਵਾਨ ਲੱਗਾ ਸੀ। ਉਹ ਕਹਿੰਦਾ ਜਦ ਦੀਵਾਨ ਲੱਗਾ ਸੀ ਉੱਥੇ, ਜਦ ਉਹਨਾਂ ਨੇ ਉੱਥੇ ਕੀਰਤਨ ਕੀਤਾ, ਕਥਾ ਕੀਤੀ, ਉੱਥੇ ਜਿਹੜੇ ਡੇਰੇ ਦੇ ਜਿਹੜੇ ਪਾਸ਼ਕ ਸੀ ਉਹਨਾਂ ਨੇ ਜਿਹੜਾ ਉਹ ਡੇਰੇ ਵਾਲਾ ਜਿਹੜਾ ਗਲੇ ਦੇ ਵਿੱਚ ਆਪਣਾ ਜਿਹੜਾ ਉਹ ਲੋਕਾਂ ਨੂੰ ਨਾਮ ਚਰਚਾ ਕਰਦਾ ਸੀ ਜਾਂ ਉਹ ਜੋ ਵੀ ਆਪਣਾ ਧਾਗਾ 'ਤੇ ਵੀ ਦਿੰਦਾ ਸੀ, ਉਹਨਾਂ ਨੇ ਲਾਹ ਕੇ ਉਹ ਕਹਿੰਦਾ ਉੱਥੇ ਸੱਟ 'ਤੇ ਜਿਹੜਾ ਟੈਂਟ ਵਾਲਾ ਬੰਦਾ ਸੀ ਉਹ ਕਹਿੰਦਾ ਵੀ ਉਹ ਬੰਦਾ ਹੈਗਾ ਸੀ ਡੇਰਾ ਜਿਹੜਾ ਡੇਰੇ ਦਾ ਵੱਡਾ ਅਪਾਸ਼ਕ, ਉਹਨੇ ਬੰਦੇ ਨੇ ਉਹ ਸਾਰਾ 300-400 ਜਿਹੜਾ ਬੰਦਾ ਉਹ ਛੱਡ ਗਿਆ, ਉਹਨੇ ਉਹ ਇਕੱਠੇ ਕਰਕੇ ਡੇਰੇ ਵਾਲੇ ਨੂੰ ਜਾ ਕੇ ਕਿਹਾ ਵੀ ਆਪਣਾ ਤਾਂ ਗਿਆ ਕੰਮ, ਨੁਕਸਾਨ ਹੋ ਗਿਆ,
ਤੇ ਉਹ ਉਦੋਂ ਫਿਰ ਉਹਨਾਂ ਨੇ ਸਾਜ਼ਿਸ਼ ਰਚੀ। ਇਹ ਉਹਨਾਂ ਦੀ ਜੋਰਾ ਸਿੰਘ ਮਾਨ ਦੀ ਜਿਹੜੀ ਜਿਹੜਾ ਕਮਿਸ਼ਨ ਹੈ ਉਸ ਅਫਸਰ ਨੇ ਮੈਨੂੰ ਗੱਲ ਦੱਸੀ ਸੀ। ਉਹ ਕਹਿੰਦਾ ਜਦ ਇਹ ਘਟਨਾ ਵਾਪਰੀ ਫਿਰ ਉਹਨਾਂ ਨੇ ਗੁਰੂ ਸਾਹਿਬ ਦਾ ਨਿਰਾਦਰ ਕਰਾਇਆ। ਫਿਰ ਕਹਿੰਦਾ ਇੱਕ ਗੱਲ ਹੋਰ, ਕਹਿੰਦਾ ਵੀ ਅਸੀਂ ਉਹਨਾਂ ਦੇ ਗੱਲ ਨੂੰ ਹੱਥ ਪਾ ਲਿਆ ਸੀ, ਉਹਨੇ ਚਿਰ ਨੂੰ ਉੱਤੋਂ ਹੁਕਮ ਆ ਗਿਆ ਵੀ ਨਹੀਂ ਜੀ ਇਹਨਾਂ ਨੂੰ ਫੜਨਾ ਨਹੀਂ। ਪਰ ਹੁਕਮ ਕਿਹਨੇ ਕੀਤਾ? ਇਹਨਾਂ ਨੇ ਕੀਤਾ ਜੀ, ਜਿਹੜੇ ਸਰਕਾਰ ਤੋਂ ਬਾਦਲ ਸੀ, ਬਾਦਲਾਂ ਦੀ ਸਰਕਾਰ ਸੀ, ਇਹਨਾਂ ਨੇ ਹੁਕਮ ਕੀਤਾ। ਹੋਰ ਹੁਕਮ ਕਿਹਨੇ ਕੀਤਾ? ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਮੇਰੇ ਵੀਰ, ਜੇ ਜਿਹੜੇ ਇੱਥੇ ਕਹਿੰਦੇ ਸਰਕਾਰ ਪੰਥ ਦੀ, ਯਾਰ ਮੈਂ ਤਾਂ ਸਭ ਤੋਂ ਵੱਡੀ ਗੱਲ ਇੱਕ ਮੈਂ ਭਰਾ ਵਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਹੈਰਾਨ ਹਾਂ ਵੀ ਜੇ ਤੁਸੀਂ ਬਾਹਰਲੀਆਂ ਸਟੇਟਾਂ ਵਿੱਚ ਚਲ ਜਾਓ ਜਾਂ ਤੁਸੀਂ ਮਤਲਬ ਤੁਸੀਂ ਐਮ ਪੀ ਚਲ ਜਾਓ, ਤੁਸੀਂ ਦਿੱਲੀ ਚਲ ਜਾਓ, ਉੱਥੇ ਗੁਰੂ ਸਾਹਿਬ ਸਾਡਾ ਉਹ ਤਾਂ ਸੇਫ ਹੈ, ਪੰਜਾਬ ਦੇ ਵਿੱਚ ਕਿਉਂ ਨਹੀਂ ਸੇਫ? ਮੈਂ ਥੋੜ੍ਹੀ ਗੱਲ ਰੋਕਦਾ ਤੁਹਾਡੀ। ਪਿਛਲੀ ਵਾਰ ਜਦੋਂ ਸਰਕਾਰ ਬਣਨੀ ਸੀ ਜਾਂ ਉਹ ਤੋਂ ਬਾਅਦ ਵਿੱਚ ਇੱਕ ਫੋਟੋ ਵਾਇਰਲ ਹੋਈ ਸੀ, ਕੇਜਰੀਵਾਲ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਰੰਕਾਰੀ ਬੁੱਤ ਬਣਾਵਾਂਗੇ, ਨਿਰੰਕਾਰੀਆਂ ਨੇ ਵੀ ਕੁਛ ਚੰਗਾ ਨਹੀਂ ਕੀਤਾ ਪੰਜਾਬ ਲਈ, ਕੀ ਲੱਗਦਾ ਇਹੋ ਜਿਹੀ ਆਵਾਜ਼ ਦਿੱਲੀ 'ਚੋਂ ਨਿਕਲਣੀ ਚਾਹੀਦੀ? ਬਿਲਕੁਲ ਜੀ, ਵੇਖੋ ਮੈਂ ਇੱਕ ਦੱਸਾਂ ਜੀ, ਮੈਂ ਜਿਹੜਾ ਕੇਜਰੀਵਾਲ ਸਾਹਿਬ ਕਦੀ ਵੀ ਇਹੋ ਜਿਹੀ ਗੱਲ ਨਹੀਂ ਕਰ ਸਕਦੇ। ਤੁਸੀਂ ਉਹ ਜੇ ਉਹਨਾਂ ਨੇ ਕਹੀ ਹੋਊਗੀ ਗੱਲ ਤਾਂ ਉਹ ਗੱਲ ਨੂੰ ਮੈਂ ਉਹ ਵਾਜਬ ਨਹੀਂ ਸਮਝਦਾ, ਕਿਉਂਕਿ ਜਿਹੜਾ ਬੰਦਾ ਕੋਈ ਵੀ ਹੈ ਉਹ ਕਿਸੇ ਬ੍ਰਦਰ ਧਰਮ ਨਾਲ ਵੀ ਆ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਹੈ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਿਹੜਾ ਵੀ ਕੋਈ ਬੰਦਾ ਕਿਸੇ ਵੀ ਧਰਮ ਦੇ ਖਿਲਾਫ਼ ਜ਼ਹਿਰ ਉਗਲਦਾ ਹੈ ਉਹ ਕਦੀ ਕਿਸੇ ਧਰਮ ਦਾ ਕਦੀ ਕਿਸੇ ਦਾ ਸਕਾ ਨਹੀਂ ਹੋ ਸਕਦਾ। ਉਹ ਜਿਹੜੀ ਜੇ ਗੱਲ ਉਹਨਾਂ ਨੇ, ਮੈਂ ਵੇਖੋ ਮੈਂ ਤਾਂ ਅੱਜ ਨਵਾਂ ਪਾਰਟੀ ਦੇ ਵਿੱਚ ਆਇਆ ਜੀ, ਮੈਂ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ, ਕਿਉਂਕਿ ਜੇ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਉਹ ਗੱਲ ਮੈਂ ਸਮਝਦਾ ਸਾਨੂੰ ਤਾਂ ਉਹ ਮਾਫ਼ ਨਹੀਂ ਆਉਂਦੀ। ਆਪਾਂ ਆ ਜਾਈਏ ਵਲਟੋਏ ਦੇ ਵਿੱਚ, ਵਿਰਸਾ ਸਿੰਘ ਵਲਟੋਏ ਤੁਹਾਡੇ ਯਾਰ ਰਹੇ ਆ, ਪਹਿਲਾਂ ਤੁਸੀਂ ਆਪ ਹੀ ਦੱਸ ਚੁੱਕੇ ਹੋ ਇਸ ਟਾਈਮ ਟੱਕਰ ਵੀ ਤੁਸੀਂ ਦੇਣ ਜਾ ਰਹੇ ਹੋ, ਸ਼ਾਇਦ ਹਲਕੇ ਦਾ ਸਰਵੇ ਕਰਾਂਗੇ ਅਸੀਂ, ਵੇਖਾਂਗੇ ਕੀ ਮਾਹੌਲ ਬਣਦਾ ਆਉਣ ਵਾਲਾ ਸਮਾਂ, ਪਰ ਟੱਕਰ ਤੁਹਾਡੀ ਲੱਗਦੀ ਕਿ ਵਾਹਵਾ ਤਕੜੀ ਹੋ ਰਹੀ ਆ, ਆਪਣੇ ਯਾਰ ਨੂੰ ਟੱਕਰ ਦੇ ਰਹੇ ਆ? ਗੱਲ ਮੇਰੇ ਵੀਰ ਇਹ ਆ ਵੀ ਵੇਖੋ ਜਿਹੜੀ ਰਾਜਨੀਤੀ ਦੇ ਵਿੱਚ ਸਾਰਾ ਕੁਝ ਜਾਇਜ਼ ਹੁੰਦਾ, ਠੀਕ ਹੈ ਵੇਖੋ ਕੋਈ ਦੋ ਰਾਵਾਂ ਨਹੀਂ, ਕਿਸੇ ਟਾਈਮ ਯਾਰੀ ਵੀ ਹੁੰਦੀ ਸੀ, ਹੁਣ ਇੱਕੋ ਕਹਿੰਦੇ ਹੁੰਦੇ ਨਾ ਯਾਰੀ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲਾਂ 'ਤੇ ਲੱਗੀ ਵੇਲੇ ਰੱਬ ਹੁੰਦੇ ਸੀ, ਹੁਣ ਉਹ ਗਾਲਾਂ ਵੀ ਕੱਢਦਾ, ਬੜੀਆਂ ਗਾਲਾਂ ਕੱਢਦਾ ਬਹੁਤ, ਉਹ ਮਤਲਬ ਉਹ ਮੁਕਾਬਲੇ 'ਚ ਆ ਗਿਆ ਤੁਸੀਂ, ਇਹ ਕਿਉਂ ਆ ਗਿਆ? ਕਿਉਂਕਿ ਉਹਨਾਂ ਨੂੰ ਅਸਲ 'ਚ ਪਤਾ ਕੀ ਹੈ, ਤਾਂ ਆਪਣੇ ਦਾਦੇ ਬਾਬੇ ਦੀ ਜਗੀਰ ਸਮਝ ਹੀ ਬੈਠੇ ਆ, ਉਹ ਸਾਡੇ ਵਰਗੇ ਆਮ ਬੰਦੇ ਨੂੰ ਥੋੜ੍ਹਾ ਉਹ ਕਹਿੰਦੇ ਯਾਰ ਇਹਨਾਂ ਨੇ ਜ਼ੁਰਤ ਕਿਵੇਂ ਕਰ ਲਈ ਲੜਨ ਦੀ, ਇਹਨਾਂ ਨੂੰ ਇਹ ਕਿਵੇਂ ਉੱਠ ਪੈਣਗੇ। ਜਦ ਮੈਂ ਇੱਕ ਹੋਰ ਦੱਸਾਂ ਜੀ, ਜਦ ਮੈਂ ਬਿਕਰਮ ਸਿੰਘ ਮਜੀਠੀਆ ਨੂੰ ਛੱਡ ਕੇ ਆਇਆ ਸੀ, ਛੱਡਣ ਦਾ ਜਿਹੜਾ ਵੱਡਾ ਰੀਜਨ ਬਣਿਆ ਸੀ, ਉਹ ਤਿੰਨ ਬੰਦੇ ਅਸੀਂ ਬੈਠੇ ਸੀ ਹੋਟਲ ਦੇ ਵਿੱਚ, ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਤੇਰਾ ਇਸ ਨਾਲ ਸਮਝੌਤਾ ਕਰਾਉਣਾ, ਨਿੱਕੇ ਮੋਟੇ ਮਤਭੇਦ ਹੋ ਜਾਂਦੇ ਆ ਬੁਲਟੋਵਾ ਸਾਹਿਬ ਨਾਲ, ਅਤੇ ਉਹ ਬੰਦਾ ਜਿਹੜਾ ਉਹਨੂੰ ਇੰਨਾ ਹੰਕਾਰ ਸੀ, ਉਹ ਕਹਿੰਦਾ ਯਾਰ ਇਹ ਮੇਰਾ ਕੀ ਵਿਗਾੜ ਲੂਗਾ, ਇਹ ਮੇਰਾ ਕੀ ਕਰ ਲੂਗਾ, ਤੂੰ ਮੈਨੂੰ ਇਹਦੇ ਨਾਲ ਕਿਉਂ ਬਿਠਾਉਣਾ, ਇਹਨੂੰ ਕਹੋ ਜਾਓ। ਇੱਕ ਹੋਰ ਵੱਡੇ ਲੀਡਰ ਆ ਸਾਡੇ, ਵੈਸੇ ਮੈਂ ਉਹਨਾਂ ਗਾੜੀ ਸਿਰ ਵੀ ਝੁੱਕਦਾ, ਮੈਂ ਕਹਿ ਦੇਣੀ ਚਾਹੂੰਗਾ ਗੱਲ, ਵੱਡੇ ਸੰਤਾਂ ਦੇ ਪੁੱਤ ਨੇ ਸੰਤ ਕਰਤਾਰ ਸਿੰਘ ਜੀ, ਸਾਡੇ ਭਾਈ ਮਨਜੀਤ ਸਿੰਘ, ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ, ਕਿਉਂਕਿ ਉਹ ਮਹਾਂਪੁਰਖਾਂ ਦੇ ਪੁੱਤ ਅਤੇ ਸ਼ਹੀਦ ਦੇ ਉਹਦਾ ਪਰਿਵਾਰ ਕਰਕੇ ਮੇਰਾ ਸਿਰ ਝੁੱਕਦਾ ਉਹਨਾਂ ਗਾੜੀ। ਉਹ ਨਹੀਂ ਨਹੀਂ ਨਾਲ ਨਹੀਂ ਸੀ ਬੈਠੇ, ਉਹਨਾਂ ਨੇ ਇੱਕ ਵਾਰੀ ਇਲੈਕਸ਼ਨ ਲੜੀ ਸੀ, ਚਲੋ ਕੋਈ ਗੱਲ ਹੋ ਗਈ, ਉਦੋਂ ਵੋਟਾਂ ਉਹਨਾਂ ਨੂੰ ਘੱਟ ਪਈਆਂ, ਕਹਿੰਦਾ ਯਾਰ ਉਹ ਸੰਤਾਂ ਦਾ ਪੁੱਤ ਆ ਉਹਨੂੰ ਇੰਨੀਆਂ ਪਈਆਂ, ਇਹ ਇਹਨੂੰ ਕਿੰਨੀਆਂ ਕੁ ਪੈ ਜਾਣਗੀਆਂ। ਉਹਨਾਂ ਨੇ ਵੀ ਇੱਕ ਵਾਰੀ ਇਲੈਕਸ਼ਨ ਲੜੀ ਜਦੋਂ ਟੌੜਾ ਸਾਹਿਬ ਨੇ ਪਾਰਟੀ ਬਣਾਈ ਸੀ, ਇਸ ਹਲਕੇ ਤੋਂ ਹੀ, ਇਸ ਹਲਕੇ ਤੋਂ ਲੜੀ ਸੀ, ਅਤੇ ਉਹ ਬੰਦਾ ਜਦੋਂ ਇੰਨੀਆਂ ਹੰਕਾਰੀ ਗੱਲਾਂ ਕੀਤੀਆਂ ਤਾਂ ਆਪਾਂ ਮੇਰੇ ਫਤਿਹ ਬੁਲਾ ਕੇ ਗਾਂ, ਮੈਂ ਕਿਹਾ ਯਾਰ ਗੱਲ ਸੁਣ, ਹੁਣ ਮੈਂ ਕਿਹਾ ਭਾਵੇਂ ਹੁਣ ਮੈਂ ਕਿਹਾ ਵੱਜਾਂਗੇ ਇੱਕ 'ਚ, ਬਾਕੀ ਹੁਣ ਗੱਲਾਂ ਪਰਮਾਤਮਾ ਦੇ। ਇੱਕ ਹੋਰ ਬੜਾ ਚੱਲ ਰਿਹਾ, ਜਿਵੇਂ ਆਪਾਂ ਕਾਂਗਰਸ ਸਰਕਾਰ ਆਉਣ ਤੋਂ ਪਹਿਲਾਂ ਦੀ ਗੱਲ ਆ, ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਅਤੇ ਉਹਨੇ ਕਿਹਾ ਸੀ ਕਿ ਨਸ਼ਿਆਂ 'ਚ ਗਲਤਾਨ ਪੀੜ੍ਹੀ ਨੂੰ ਲੈ ਕੇ ਬਾਹਰ ਕੱਢ ਦਾਂਗੇ, ਅਤੇ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਲੱਕ ਤੋੜ ਦਾਂਗੇ ਅਸੀਂ ਨਸ਼ੇ ਦਾ, ਕਹਿੰਦੇ ਮੈਂ ਲੱਕ 'ਤੇ ਤੋੜਤਾ। ਜਦੋਂ ਪਿੰਡਾਂ 'ਚ ਵਿਚਰਦੇ ਹਾਂ ਤਾਂ ਕਹਿੰਦੇ ਕਿ ਨਸ਼ਾ ਤਾਂ ਵਧਿਆ ਪਿੰਡਾਂ ਦੇ ਵਿੱਚ, ਕੀ ਲੱਗਦਾ ਕਾਂਗਰਸ ਵੇਲੇ ਵਧਿਆ ਜਾਂ ਅਕਾਲੀ ਦਲ ਵੇਲੇ ਜ਼ਿਆਦਾ ਸੀ? ਗੱਲ ਮੇਰੇ ਵੀਰ ਹੈ ਜਿਹੜੀ ਨਸ਼ੇ ਦੀ ਗੱਲ ਚੱਲਦੀ ਨਹੀਂ, ਨਸ਼ਾ ਵੇਖੋ ਬੜਾ ਸਿੰਸੀਅਰ ਹੋ ਕੇ, ਬੜਾ ਮਤਲਬ ਇਹਨੂੰ ਤੁਸੀਂ ਸਮਝ ਲਓ ਵੀ ਇੱਕ ਇਹ ਸਮਝ ਲਓ ਵੀ ਤੁਸੀਂ ਬੜੀ ਜਿਹੜੀ ਨੇਕ ਨੀਤੀ ਨਾਲ ਜੇ ਸਰਕਾਰਾਂ ਕੰਮ ਕਰਨਗੀਆਂ ਤਾਂ ਨਸ਼ੇ ਨੂੰ ਨੱਥ ਵੱਜ ਸਕਦੀ ਹੈ, ਕਿਉਂਕਿ ਨਸ਼ਾ ਵੇਖੋ ਰੀਜਨ ਕੀ ਹੈ, ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ ਜੇ ਤੁਸੀਂ ਸਾਡੇ ਅੱਜ ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਨੌਜਵਾਨਾਂ ਨੂੰ ਜੇ ਤੁਸੀਂ ਨਸ਼ੇ ਵਿੱਚੋਂ ਕੱਢਣਾ ਹੈ, ਤੁਸੀਂ ਉਹਨਾਂ ਨੂੰ ਕਿਸੇ ਕੰਮੇ ਲਾਵੋ, ਜੇ ਉਹਨਾਂ ਨੂੰ ਤੁਸੀਂ ਕੰਮੇ ਲਾ ਦੋਗੇ ਆਪੇ ਨਸ਼ਿਆਂ ਵੱਲ ਜਾਣਗੇ, ਨਹੀਂ ਨਸ਼ਾ ਵਿਕੂਗਾ ਕਿੱਥੇ? ਜਦ ਨੌਜਵਾਨ ਇਹ ਬੜੀਆਂ ਇਕੱਲਾ ਇਹ ਹੀ ਗੱਲ ਨਹੀਂ ਹੈਗੀ ਵੀ ਤੁਸੀਂ ਵੇਖੋ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਆ, ਜਿਹੜਾ ਪੰਜਾਬ ਆ ਕਿਸੇ ਕੋਲ ਰੁਜ਼ਗਾਰ ਹੀ ਨਹੀਂ ਹੈਗਾ ਲੋਕਾਂ ਨੇ, ਤਾਂ ਆਮ ਬੰਦਾ ਜਿਹੜਾ ਨਸ਼ਾ, ਇੱਕ ਹੁੰਦਾ ਨਸ਼ਾ ਵੀ ਤੁਸੀਂ ਵੱਡਾ ਕੋਈ ਸਮਗਲਰ ਫੜ ਲਿਆ ਜੀ,
ਜਦੋਂ ਨਸ਼ੇ ਦੇ ਜੜ੍ਹਾਂ ਤੱਕ ਚਲ ਗਿਆ ਇੱਕ ਬੰਦਾ ਜਿਹੜਾ ਉਹ ਵੀ ਸ਼ਾਮਾਂ ਨੂੰ ਆਉਂਦਾ ਜਿਹੜਾ ਗਰੀਬ ਬੰਦਾ ਵਾ ਉਹ ਜਦੋਂ ਕੁਝ ਨਹੀਂ ਲੱਭਦਾ ਉਹ ਕਹਿੰਦਾ ਚਲ ਯਾਰ ਇਹੋ ਹੀ ਕੰਮ ਕਰ ਲਾ। ਮਹਿਕਾ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿਤੇ ਉਹਨਾਂ 'ਤੇ ਇਲਜ਼ਾਮ ਲੱਗੇ ਸੀ, ਅਜੇ ਤੱਕ ਸਾਬਤ ਨਹੀਂ ਹੋਏ, ਪਰਚਾ ਜ਼ਰੂਰ ਦਰਜ ਹੋ ਜਾਂਦਾ ਅਤੇ ਕੱਲ੍ਹ ਮੇਰੀ ਉਪ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਅਤੇ ਉਹਨੇ ਕਿਹਾ ਕਿ ਹੁਣ ਸਮੇਂ ਜੇਲ੍ਹ 'ਚ ਸੁੱਟਾਂਗੇ ਜੇ ਸਾਡੀ ਦੁਬਾਰਾ ਸਰਕਾਰ ਆ ਗਈ। ਕੀ ਲੱਗਦਾ ਤੁਹਾਨੂੰ ਕਿ ਵੱਡਿਆਂ ਮੱਛਾਂ ਦੇ ਵਿੱਚ ਇਹਨਾਂ ਦਾ ਹੱਥ ਹੈਗਾ? ਨਹੀਂ ਵੇਖੋ ਜੀ, ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਮੈਂ ਉਹਨਾਂ ਦੇ ਨਾਲ ਰਿਹਾ। ਕਦੀ ਮੇਰਾ ਇੱਕ ਸੁਭਾਅ ਆ ਵੀ ਮੈਂ ਕਦੀ ਐਵੇਂ ਕਿਸੇ ਦੇ ਦੂਸ਼ਣ ਬਾਜ ਨਹੀਂ ਕਰਦਾ। ਤੁਹਾਡੇ ਹੁੰਦੇ ਵਿਕਦਾ ਨਹੀਂ? ਜਦੋਂ ਬਿਕਰਮ ਸਿੰਘ ਮਜੀਠੀਆ ਜਿਹੜਾ ਵਾ ਉਹ ਮਤਲਬ ਜੇ ਨਸ਼ੇ ਦੀ ਗੱਲ ਕਰੀਏ ਉਹਨੂੰ ਜੇ ਕਹੋ ਵੀ ਉਹ ਸਮਗਲਰ ਸੀ ਜਾਂ ਕੋਈ, ਇਹ ਗੱਲ ਵਾਜਬ ਨਹੀਂ। ਇਹ ਜ਼ਰੂਰ ਹੋ ਸਕਦਾ ਵੀ ਕਤਾਈ ਹੋ ਸਕਦੀ ਵੀ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ। ਪਰਚਾ ਸਿਆਸੀ ਮੰਨਦੇ ਹੋ ਤੁਸੀਂ? ਪਰਚਾ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੀ ਬਣਦੀ ਸੀ। ਪਰਚਾ ਸਿਆਸੀ ਮੰਨਦੇ ਜਿਹੜਾ ਪਰਚਾ ਹੋਇਆ ਜਿਹੜਾ ਹੁਣ ਮੈਂ ਤਾਂ ਫਿਰ ਸਿਆਸੀ ਮੰਨੂਗਾ, ਜਾਂ ਤਾਂ ਫਿਰ ਫੜ ਕੇ ਉਹਨੂੰ ਸਜ਼ਾ ਕਰਾਉਂਦੇ। ਉਪ ਮੁੱਖ ਮੰਤਰੀ ਨਾਲ ਗੱਲ ਹੋਈ ਸੀ, ਅਕਾਲ ਚੈਨਲ ਤੇ ਵੇਖ ਲਈ ਹੈ ਸੰਗਤ ਨੇ, ਉਹਨਾਂ ਨੇ ਕਿਹਾ ਸੀ ਕਿ ਫੜ ਕੇ ਅੰਦਰ ਦੇ ਦੇਣਾ ਜਿਹੜੇ ਵੀ ਹੋਣੇ ਆ, ਪਰ 4.5 ਸਾਲ ਦਾ ਜਦੋਂ ਹਿਸਾਬ ਮੰਗਿਆ ਉਹ ਕਹਿੰਦੇ ਸਾਡੇ ਕੋਲ ਸਮਾਂ ਹੀ ਥੋੜ੍ਹਾ ਮਿਲਿਆ, ਉਹ 111 ਦਿਨ ਦੀ ਗੱਲ ਕਰਦੇ ਸੀ। 4.5 ਸਾਲ ਕਿਉਂ ਨਹੀਂ ਹੋਇਆ? ਨਸ਼ੇ ਦੀ ਗੱਲ ਕਰੀਏ, ਦੂਜੇ ਪਾਸੇ ਆਪਾਂ ਗੱਲ ਕਰੀਏ ਰੇਤ ਮਾਫੀਏ ਦੀ, ਕੈਪਟਨ ਸਾਹਿਬ ਆਪ ਮੰਨ ਗਏ ਆ ਆਣ ਕੇ, ਉਹ ਤੋਂ ਬਾਅਦ ਜਦੋਂ ਕੁਰਸੀ ਛੁੱਟ ਗਈ ਨਾ ਉਹ ਤੋਂ ਬਾਅਦ ਬਾਹਰ ਆਣ ਕੇ ਕਹਿੰਦੇ ਕਿ ਰੇਤ ਮਾਫੀਆ ਬਹੁਤ ਸੀ, ਕੈਪਟਨ ਸਾਹਿਬ ਨੇ ਫੜਿਆ ਕਿਉਂ ਨਹੀਂ? ਉਹ ਗੱਲ ਜਿਹੜੀ ਹੈ ਜੀ, ਰੇਤ ਮਾਫੀਆ ਦੋਵਾਂ ਸਰਕਾਰਾਂ ਹੀ ਮਾਫੀਆ ਹੀ ਕੰਮ ਕਰਦਾ ਰਿਹਾ। ਅੱਜ ਤੁਸੀਂ ਵੇਖੋ ਜੇ ਅਕਾਲੀ ਦਲ ਦੀ ਗੌਰਮੈਂਟ ਸੀ, ਅਕਾਲੀ ਦਲ ਦੀ ਗੌਰਮੈਂਟ ਵੇਲੇ ਮੈਨੂੰ ਜ਼ਿਆਦਾ ਰੈਵੀਨਿਊ 40 ਜਾਂ 50 ਕਰੋੜ ਰੁਪਈਆ ਦਿੰਦੇ ਸੀ ਖਜ਼ਾਨੇ ਦੇ ਵਿੱਚ। ਅੱਜ ਮੈਨੂੰ ਲੱਗਦਾ ਵੀ ਉਹ ਤੋਂ ਵੱਧ ਕੇ 100 ਜਾਂ 150 ਕਰੋੜ ਰੁਪਈਆ ਜਾਂਦਾ ਹੋਊਗਾ। ਜਦੋਂ ਕਿ ਜਿਹੜਾ ਰੇਤ ਦਾ ਕੰਮ ਆ ਮੈਨੂੰ ਲੱਗਦਾ ਕਿ 10-15 ਹਜ਼ਾਰ ਕਰੋੜ ਸਿੱਧੂ ਸਾਹਿਬ ਹੀ ਕਰਦੇ ਆ। ਉਹ ਜਦੋਂ ਗੱਲ ਕਰਦੇ ਆ ਕਿ ਤੇਲੰਗਾਨਾ ਦੀ ਸਟੇਟ ਇੱਕ ਛੋਟੀ ਜਿਹੀ ਸਟੇਟ ਆ ਉੱਥੋਂ 1 ਕਰੋੜ ਆਉਂਦਾ, ਫਿਰ ਸਿੱਧੂ ਸਾਹਿਬ ਨੂੰ ਚਾਹੀਦਾ ਵੀ ਤੁਸੀਂ ਤੁਹਾਡੀ ਸਰਕਾਰ ਵੇਲੇ 10-15 ਹਜ਼ਾਰ ਕਰੋੜ ਰੁਪਈਆ ਕਿਉਂ ਨਹੀਂ ਖਜ਼ਾਨੇ ਵਿੱਚ? ਪਾਵਰ ਨਹੀਂ ਸੀ ਨਾ ਹੈਗੀ ਮੇਰੇ ਕੋਲ, ਕਰ ਨਹੀਂ ਸੀ ਕੁਛ ਸਕਦਾ। ਕਹਿੰਦੇ ਪਾਵਰ ਜਦੋਂ ਆਊਗੀ ਸੱਤਾ ਦੇ ਵਿੱਚ ਆਊਂਗਾ ਤਾਂ ਫਿਰ ਸ਼ਾਇਦ ਮੁੱਖ ਮੰਤਰੀ ਅਹੁਦੇ ਦੀ ਗੱਲ ਕਰਦੇ। ਨਹੀਂ, ਉਹ ਜ਼ਿੰਮੇਵਾਰੀ ਇਕੱਲੀ ਕੈਪਟਨ ਅਮਰਿੰਦਰ ਸਿੰਘ 'ਤੇ ਨਹੀਂ ਉਹਨਾਂ ਨੂੰ ਸੁੱਟਣੀ ਚਾਹੀਦੀ, ਸਾਰੇ ਉਸੇ ਸਰਕਾਰ ਦਾ ਹਿੱਸਾ ਸੀ। ਸਾਡੇ ਰੰਧਾਵਾ ਸਾਹਿਬ ਜਿਹੜੇ ਮੰਤਰੀ ਰਹੇ ਉਹ ਵੀ ਉਸੇ ਸਰਕਾਰ ਦਾ ਮੰਤਰੀ ਸੀ। ਸਾਨੂੰ ਟਾਈਮ ਬੜਾ ਥੋੜ੍ਹਾ ਮਿਲਿਆ, 111 ਦਿਨ ਮਿਲੇ, 111 ਦਿਨ 'ਚ ਕੀ ਕਰ ਦਿੰਦੇ? ਬੇਅਦਬੀਆਂ ਦੇ ਇਸ਼ੂ ਦੀ ਗੱਲ ਕੀਤੀ, ਕਹਿੰਦੇ ਸਾਰਾ ਕੁਝ ਹੋਊਗਾ ਪਰ ਸਰਕਾਰ ਆ ਲੈਣ ਦੋ। ਨਹੀਂ, ਮਿਨਿਸਟਰ ਤਾਂ 5 ਸਾਲ ਤੋਂ ਹੀ ਚੱਲੇ ਆਉਂਦੇ ਨੇ ਜੀ, ਹੁਣ ਠੀਕ ਆ ਕਿ ਚੱਲਦੀ ਨਹੀਂ ਸੀ ਇੱਕ ਬੰਦੇ ਨੂੰ, ਇੱਕ ਚੱਲਦੀ ਨਹੀਂ ਸੀ ਕਹਿੰਦੇ ਚੱਲਣ ਨੂੰ ਤਾਂ ਹੁਣ ਵੀ ਬ੍ਰਦਰ ਮੈਨੂੰ ਤਾਂ ਲੱਗਦੀ ਨਹੀਂ ਚੱਲਣ ਚਲਾਉਣ ਵਾਲੀ ਗੱਲ ਕੀ ਆ। ਅਜੇ ਵੀ ਲੜੀ ਜਾਂਦੇ, ਜਿੱਥੇ ਚੰਨੀ ਸਾਹਿਬ ਜਾਂਦੇ ਆ ਉੱਥੇ ਸਿੱਧੂ ਸਾਹਿਬ ਦੂਜੇ ਬੰਨੇ ਜਾ ਕੇ ਕੋਈ ਬੰਦਾ ਖੜਾ ਕਰਾਉਂਦੇ ਆ, ਅੱਜ ਕਿਹੜੀ ਉਹਨਾਂ ਦੀ ਬਣ ਰਹੀ ਹੈ? ਗੁੱਸਾ ਜਿਹਾ ਬੜਾ ਵਿਖਾਉਂਦੇ ਆ। ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਜਾਂ ਚੰਨੀ ਤੁਹਾਡੇ ਨਾਲ ਆਉਣ ਦੇ ਚਾਂਸ ਬਣਦੇ ਆ? ਸਿੱਧੂ ਦੇ ਵੀ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਕਿ ਸ਼ਾਇਦ ਹੋ ਸਕਦਾ ਆਮ ਆਦਮੀ ਪਾਰਟੀ 'ਚ ਆ ਜਾਣ? ਨਹੀਂ ਜੀ, ਮੈਨੂੰ ਵੇਖੋ ਜਿਹੜੀ ਇਹ ਗੱਲ ਆ ਬਿਲਕੁਲ ਨਹੀਂ ਇਹੋ ਜਿਹੀ ਕੋਈ ਗੱਲ ਹੈਗੀ। ਇਹ ਤਾਂ ਸਿਆਸਤ ਦੇ ਵਿੱਚ ਚਲੋ ਹੁੰਦਾ ਵੀ ਸਾਰਾ ਕੁਝ ਜਾਇਜ਼ ਆ, ਪਰ ਅੱਜ ਦੇ ਜਿਹੜੇ ਹਾਲਾਤ ਆ ਇਹ ਇਹੋ ਜਿਹੀ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਲਦੀ ਸਾਡੀ ਪਾਰਟੀ ਜਿਹੜੀ ਆ ਉਹ ਮੁੱਖ ਮੰਤਰੀ ਦਾ ਚਿਹਰਾ ਅਨਾਊਂਸ ਕਰਨ ਜਾਈ। ਕਿਹਨੂੰ ਦਿਓਗੇ ਸੀਐਮ? ਉਹ ਲੋਕਾਂ ਦੀ ਰਾਏ ਮੁਤਾਬਕ ਜੀ, ਜੇ ਲੋਕੀ ਕਹਿਣਗੇ ਭਗਵੰਤ ਮਾਨ ਚਾਹੀਦਾ, ਭਗਵੰਤ ਮਾਨ ਆ। ਤੁਹਾਡੀ ਆਵਾਜ਼ ਕੀ ਆਉਂਦੀ ਮੇਰੀ? ਮੈਂ ਕਿਉਂਕਿ ਇਹ ਲੋਕਾਂ ਦਾ ਮਸਲਾ ਜੀ, ਇਹ ਲੋਕਾਂ ਦਾ ਮਸਲਾ, ਲੋਕਾਂ ਨੇ ਮੈਂ ਨਹੀਂ ਕਿਉਂਕਿ ਜਾਣੇ ਆ ਰੋਜ਼ ਕਚਹਿਰੀ, ਲੋਕਾਂ ਦੀ ਕਚਹਿਰੀ 'ਚ ਰੋਜ਼ ਵਿਚਰਦੇ ਆ, ਵਲਟੋਹਾਲ ਗਾ ਕੀ ਮੰਗਦਾ? ਵੈਸੇ ਉੱਧਰੋਂ ਕੇਜਰੀਵਾਲ ਸਾਹਿਬ ਨੇ ਐਲਾਨ ਨਹੀਂ ਕੀਤਾ, ਵੈਸੇ ਆਮ ਲੋਕਾਂ ਦੀ ਆਵਾਜ਼ ਕੀ ਆ ਲੱਗਦਾ? ਜਿਹੜੀ ਲੋਕਾਂ ਦੀ ਆਵਾਜ਼ ਆ ਮੇਰੇ ਵੀਰ, ਉਹ ਤਾਂ ਫਿਰ ਸੱਚੀ ਗੱਲ ਲੋਕ ਤਾਂ ਭਗਵੰਤ ਮਾਨ ਨੂੰ ਚਾਹੁੰਦੇ ਆ ਜੀ। ਲੱਗਦਾ ਕਿ ਆਮ ਲੋਕਾਂ ਦੀ ਆਵਾਜ਼, ਲੋਕਾਂ ਦੀ ਆਵਾਜ਼ ਭਗਵੰਤ ਮਾਨ, ਜਿਹੜੀ ਜਨਤਾ ਜਿਹੜੀ ਤੁਸੀਂ ਆ ਵੋਟਿੰਗ ਤੋਂ ਹੀ ਆਪਾਂ ਜੇ ਮੈਂ ਤਾਂ ਵੋਟਿੰਗ ਅੱਜ ਦੀ ਵੀ ਜਿਹੜੀ ਵੋਟਿੰਗ ਦੀ ਗੱਲ ਹੋ ਰਹੀ ਉਹ 'ਚ ਵੀ ਕਿਹਾ ਜਾ ਰਿਹਾ ਕਿ ਉਹ ਨਾਮ ਅੱਗੇ ਆਇਆ ਜ਼ਿਆਦਾ। ਵੋਟਿੰਗ ਤੋਂ ਹੀ ਗੱਲ ਕਰ ਲਈਏ, ਉਹੀ ਲੋਕਾਂ ਦੀ ਰਾਏ ਆ ਜੀ, ਲੋਕਾਂ ਦੀ ਰਾਏ ਭਗਵੰਤ ਮਾਨ। ਸਰਕਾਰ ਕਿਹੋ ਜਿਹੀ ਦਊਗੀ ਜੇ ਮੰਨ ਲਓ ਤੁਹਾਨੂੰ ਸੱਤਾ ਮਿਲ ਜਾਂਦੀ ਆ? VIP ਕਲਚਰ ਇਸੇ ਤਰ੍ਹਾਂ ਹੀ ਰਹੂ, ਕੰਮ ਇਸੇ ਤਰ੍ਹਾਂ ਹੀ ਚੱਲਣਗੇ, ਗਲੀਆਂ ਨਾਲੀਆਂ ਬਣਨਗੀਆਂ, ਇੱਕ ਵਿਕਾਸ ਵੀ ਹੋਊਗਾ। ਵਿਕਾਸ ਇੱਦਾਂ ਦਾ ਨਹੀਂ ਕਿ ਗਲੀਆਂ ਬਣਾਤੀਆਂ, ਵਿਕਾਸ ਹੁੰਦਾ ਘਰ ਘਰ ਰੁਜ਼ਗਾਰ ਦੇ ਕੇ, ਵਿਕਾਸ ਹੁੰਦਾ ਵਾ ਕਿਸੇ ਦਾ ਕੋਈ ਫਾਇਦਾ ਹੋਵੇ, ਕਿਉਂਕਿ ਇੱਕ ਆਟਾ ਦਾਲ ਸਕੀਮਾਂ ਨਾਲ ਵਿਕਾਸ ਨਹੀਂ ਹੋਣੇ ਮੈਨੂੰ ਲੱਗਦੇ ਕਿ ਆਟਾ ਦਾਲ ਸਕੀਮਾਂ ਹੀ ਦੇਈ ਜਾਵਾਂਗੇ ਸਾਰੀ ਉਮਰ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਕਿਉਂਕਿ ਆਟਾ ਦਾਲ ਸਕੀਮਾਂ, ਵੇਖੋ ਆਟਾ ਦਾਲ ਸਕੀਮ ਵੀ ਜਿਹੜੀ ਦੇਣੀ ਹੈ ਠੀਕ ਆ, ਜਿਹੜਾ ਗਰੀਬ ਬੰਦਾ ਜਿਹਦਾ ਵਿਚਾਰੇ ਦਾ ਨਹੀਂ ਉਹਨੂੰ ਦੇਣੀ ਬਣਦੀ ਹੈ, ਪਰ ਇਹ ਤਾਂ ਨਹੀਂ ਨਾ ਕਿ 100 ਕਿੱਲੇ ਵਾਲੇ ਨੂੰ ਆਟਾ ਦਾਲ ਸਕੀਮ ਦੇਈ ਜਾਓ, 50 ਕਿੱਲੇ ਵਾਲੇ ਨੂੰ, ਗਰੀਬ ਬੰਦੇ ਨੂੰ ਤਾਂ ਉਹਦਾ ਹੱਕ ਹੀ ਨਹੀਂ ਮਿਲਦਾ। ਗਰੀਬ ਪਰਿਵਾਰ ਦੇ ਵਿੱਚੋਂ ਜੇ ਕੋਈ ਪੜ੍ਹਿਆ ਲਿਖਿਆ ਹੋਵੇ ਤਾਂ ਉਹਨੂੰ ਰੁਜ਼ਗਾਰ ਦਿਓਗੇ ਤੁਸੀਂ? ਇਹ ਗੱਲ ਬਿਲਕੁਲ ਜੀ, ਜਿਹੜਾ ਕੇਜਰੀਵਾਲ ਸਾਹਿਬ ਵੇਖੋ ਉਹਨਾਂ ਦੀ ਜਿਹੜੀ ਸੋਚ ਹੈ, ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀਆਂ 4 ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ, ਪਹਿਲੀ ਗਰੰਟੀ ਉਹਨਾਂ ਨੇ ਸਿਹਤ ਸੇਵਾਵਾਂ ਦੀ, ਉਹਨਾਂ ਨੇ ਕਿਹਾ 20 ਲੱਖ ਤੱਕ ਦਾ ਵੀ ਜਿਹੜਾ ਇਲਾਜ ਹੈ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਚੱਕੂਗੀ, ਜੇ ਕਿਸੇ ਨੂੰ ਕੋਈ ਮਰੀਜ਼ ਜੇ ਕੋਈ
ਪ੍ਰੋਬਲਮ ਆਉਂਦੀ ਕਿਸੇ ਪਰਿਵਾਰ ਨੂੰ। ਪ੍ਰਾਈਵੇਟ ਅਦਾਰਿਆਂ ਦੇ ਆਊਗੇ, ਸਰਕਾਰੀ ਅਦਾਰਿਆਂ 'ਚ ਕਰਾਓਗੇ? ਸਰਕਾਰੀ ਦਾ ਤੁਹਾਡੇ ਕੋਲ ਸਮਾਨ ਨਹੀਂ ਹੋਣਾ ਪੂਰਾ, ਮੈਨੂੰ ਲੱਗਦਾ ਕਿਸੇ ਵੱਡੇ ਹੋਸਪਿਟਲ ਚਲ ਜਾਈਏ ਅਤੇ ਸਮਾਨ ਨਹੀਂ ਮਿਲਣਾ, ਪ੍ਰਾਈਵੇਟ ਅਦਾਰਿਆਂ ਜਾਣਾ ਪੈਣਾ ਫਿਰ? ਨਹੀਂ ਜੀ, ਇੱਥੇ ਹੋਊਗਾ ਕਿਉਂਕਿ ਤੁਸੀਂ ਬਿਲਕੁਲ ਦਿੱਲੀ ਦੇ ਵਿੱਚ ਤੁਸੀਂ ਵੇਖੋ, ਉਹਨਾਂ ਨੇ ਸਰਕਾਰੀ ਸਿਸਟਮ ਨੂੰ ਸਹੀ ਕੀਤਾ ਹੀ ਹੈ। ਜੇ ਤੁਸੀਂ ਚਾਹੋ ਤਾਂ ਕੀ ਸਰਕਾਰੀ ਤੰਤਰ ਸੁਧਾਰੋਗੇ, ਪਹਿਲਾਂ ਇਹ ਕਹਿ ਸਕਦੇ? ਬਿਲਕੁਲ ਜੀ, ਸਰਕਾਰੀ ਤੰਤਰ ਸੁਧਾਰ ਕੇ ਇੱਥੇ ਗੱਲ ਮੇਰੇ ਵੀਰ, ਕੋਈ ਪੰਜਾਬ ਜਿਹੜਾ ਹੈ, ਪੰਜਾਬ ਨੂੰ ਕੋਈ ਰੈਵੀਨਿਊ ਦੀ ਕੋਈ ਘਾਟ ਨਹੀਂ ਹੈਗੀ। ਪੰਜਾਬ ਨੂੰ ਕੋਈ ਘਾਟ ਸਿਰਫ ਲੀਡਰ ਜਦੋਂ ਉੱਥੇ ਆਪਣੇ ਕਬਜ਼ੇ ਕੀਤੇ ਹੋਏ ਜੀ, ਲੀਡਰਾਂ ਦੇ ਘਾਟ ਤਾਂ ਇਹੀ ਹੈ। ਜ਼ਿੰਮੇਵਾਰੀ ਵੇਖੋ, ਜੇ ਅਸੀਂ ਰਾਜ ਭਾਗ ਕਰਨਾ, ਜੇ ਅਕਾਲੀ ਦਲ ਨੇ ਰਾਜ ਭਾਗ ਕੀਤਾ ਤਾਂ ਜ਼ਿੰਮੇਵਾਰੀ, ਜੇ ਅੱਜ ਪੰਜਾਬ ਘਾਟੇ ਵੱਲ ਗਿਆ ਤਾਂ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਜੇ ਕਾਂਗਰਸ ਗਈ, ਆਮ ਆਦਮੀ ਪਾਰਟੀ ਦੀ ਕੋਈ ਪੰਜਾਬ 'ਚ ਸਰਕਾਰ ਨਹੀਂ ਨਾ ਰਹੀ। ਜੇ ਅੱਜ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਸੰਗਤ ਬਣਾਉਂਦੀ ਹੈ, ਫਿਰ ਆਮ ਆਦਮੀ ਪਾਰਟੀ 5 ਸਾਲਾਂ ਬਾਅਦ ਜਵਾਬ ਦੇ ਹੋਊਗੀ। ਅੱਜ ਜਵਾਬ ਦੇ ਉਹ ਲੋਕ ਆ ਜਿਹਨਾਂ ਨੇ 70 ਸਾਲ ਰਾਜ ਕੀਤਾ। ਵੱਡੇ ਚਿਹਰੇ ਜਿਹੜੇ ਤੁਹਾਨੂੰ ਛੱਡ ਕੇ ਗਏ ਸੀ, ਛੋਟੇਪੁਰ ਸਾਹਿਬ ਹੋ ਗਏ, ਖਹਿਰਾ ਸਾਹਿਬ ਦੀ ਗੱਲ ਕਰੀਏ, ਗਾਂਧੀ ਜੀ ਹੋ ਗਏ, ਘੁੱਗੀ ਜੀ ਵਰਗੇ ਵੱਡੇ ਚਿਹਰੇ ਜਿਹੜੇ ਸਾਥ ਛੱਡ ਗਏ, ਲੱਗਦਾ ਕੋਈ ਫਰਕ ਪਊ, ਨੁਕਸਾਨ ਹੋਊ ਕੋਈ? ਬਿਲਕੁਲ, ਅਸਲ 'ਚ ਇਹ ਆ ਜੀ, ਜਿਹੜੀਆਂ ਵੇਖੋ, ਅਸੀਂ ਤਾਂ ਹਰੇਕ ਦਾ ਸਤਿਕਾਰ ਕਰਦੇ ਹਾਂ, ਪਰ ਉਹਨਾਂ ਦੀਆਂ ਕੀ ਮਜਬੂਰੀਆਂ ਹੋਣਗੀਆਂ, ਕਿਉਂ ਛੱਡ ਕੇ ਗਏ? ਆਮ ਆਦਮੀ ਪਾਰਟੀ ਨੇ ਤਾਂ ਹੁਣ ਵੀ ਕੋਸ਼ਿਸ਼ ਕੀਤੀ ਸੀ ਕਿ ਜੇ ਕੋਈ ਭਰਾ ਘਰ ਵਾਪਸ ਆਉਣਾ ਚਾਹੁੰਦਾ ਤਾਂ ਉਹ ਆ ਜਾਵੇ। ਪਰ ਤੁਸੀਂ ਇੱਕ ਗੱਲ ਦੱਸਾਂ ਜੀ, ਮੈਂ ਤਾਂ ਇੱਕ ਗੱਲ ਵੇਖੀ ਹੈ ਕਿ ਬੰਦਾ ਵੱਡਾ ਨਹੀਂ ਹੁੰਦਾ, ਕੋਈ ਇਕੱਲਾ ਜੇ ਬੰਦਾ, ਜੇ ਕਹਿ ਦਈਏ, ਲੋਕ ਜਿਹੜੇ ਪਾਰਟੀਆਂ ਵੱਡੀਆਂ ਹੁੰਦੀਆਂ, ਜਦੋਂ ਆਪਾਂ ਪਾਰਟੀ ਨੂੰ ਛੱਡ ਕੇ ਜਾਂਦੇ ਹਾਂ, ਜੇ ਪਾਰਟੀ ਜਿਹੜੀ ਪਾਰਟੀ ਹੈ, ਹਾਂ ਕੋਈ ਬਹੁਤ ਵੱਡੀ ਗੱਲ ਹੋ ਜਾਵੇ, ਹਾਲਾਤ ਬਣ ਵੀ ਜਾਂਦੇ ਆ, ਪਰ ਜੇ ਆਪਾਂ ਕਹਿ ਦਈਏ ਵੀ ਇਕੱਲਾ ਬੰਦਾ ਅਲੱਗ ਹੋ ਕੇ ਕੁਝ ਕਰ ਲੂਗਾ, ਪਾਰਟੀ ਤੋਂ ਬਗੈਰ ਨਹੀਂ ਚੱਲਦੀ ਗੱਲ। ਰੁਜ਼ਗਾਰ ਦਾ ਤੁਸੀਂ ਵਾਅਦਾ ਕਰ ਰਹੇ ਹੋ, ਰੁਜ਼ਗਾਰ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਮੈਂ ਘਰ ਘਰ ਰੁਜ਼ਗਾਰ ਦੇ ਦੇਣਾ ਵਾ। ਸਾਰੇ ਹਲਕੇ ਲਗਭਗ ਤਕਰੀਬਨ ਘੁੰਮਣ ਡਏ ਹਾਂ ਅਸੀਂ, ਅਜੇ ਤੱਕ ਜਿੱਥੇ ਵੀ ਜਾਈਦਾ ਕੋਈ ਇਹੋ ਜਿਹੀ ਗੱਲ ਨਹੀਂ ਮਿਲਦੀ। ਇਹ ਵਾਅਦੇ ਹੋਣਗੇ ਕਿ ਵਫਾ ਵੀ ਹੋਣਗੇ ਸਾਰੇ? ਕੈਪਟਨ ਅਮਰਿੰਦਰ ਸਿੰਘ, ਵੇਖੋ ਜੀ, ਇੱਕ ਗੱਲ ਜ਼ਰੂਰ ਹੈ, ਜੇ ਇੱਕ ਹੋਰ ਸੱਚੀ ਗੱਲ ਕਰਕੇ ਜਾਊਂਗਾ, ਜਦ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਣੇ ਸੀ ਨਾ, ਜਦ ਪਹਿਲੀ ਸਰਕਾਰ ਬਣੀ ਸੀ, ਉਹਨਾਂ ਨੇ ਉਦੋਂ ਕੁਛ ਨਾ ਕੁਛ ਪੰਜਾਬ ਦਾ ਕੀਤਾ ਸੀ, ਜਦੋਂ ਜਿਹੜੇ ਹੁਣ ਉਹਨਾਂ ਨੇ ਨਜ਼ਾਰੇ ਹੀ ਲਏ ਉੱਥੇ ਬਣਾ ਕੇ, ਉਹ ਸਸਵਾਂ ਫਾਰਮ ਮੌਜਾਂ ਹੀ ਕੀਤੀਆਂ, ਹੁਣ ਕੁਛ ਨਹੀਂ ਕੀਤਾ, ਅਤੇ ਉਹ ਅੱਜ ਤੁਹਾਡੇ ਸਾਹਮਣੇ, ਅੱਜ ਪੰਜਾਬ ਜਿਹੜਾ ਫਿਰ ਆ ਗਏ, ਤੁਹਾਨੂੰ ਟੱਕਰ ਦੇਣ ਵਾਸਤੇ ਫਿਰ ਆ ਗਏ ਭਾਜਪਾ ਨਾਲ ਰਲ ਕੇ ਆ ਗਏ ਹੁਣ ਤਾਂ। ਉਹ ਅਸਲ 'ਚ ਉਹਨਾਂ ਦੀ ਸੋਚ ਆ ਜੀ, ਉਹ ਤਾਂ ਹੁਣ ਉਹਨਾਂ ਨੂੰ ਸਮਝ ਹੋਣੀ ਚਾਹੀਦੀ। ਫਿਰ ਕੈਪਟਨ, ਸ਼ਾਇਦ ਕੈਪਟਨ ਚਿਹਰਾ ਅੱਗੇ ਆਊਗਾ, ਕਿਉਂਕਿ ਜਾਂ ਮੁੱਖ ਮੰਤਰੀ ਚਿਹਰਾ, ਮੈਨੂੰ ਲੱਗਦਾ ਕਿ ਸ਼ਾਇਦ ਫਿਰ ਕੈਪਟਨ ਅਨਾਊਂਸ ਹੋ ਜਾਊਗਾ। ਕੈਪਟਨ ਅਮਰਿੰਦਰ ਸਿੰਘ, ਵੇਖੋ ਜੀ, ਉਹ ਜਿਹੜਾ ਮਤਲਬ ਉਹ ਮੈਨੂੰ ਨਹੀਂ ਸਮਝ ਲੱਗੀ ਵੀ ਉਹ ਉਹਨਾਂ ਦੀ ਕੀ ਇਹ ਮਤਲਬ ਨੀਤੀ ਹੋਊਗੀ, ਜਾਂ ਬੰਦਾ ਫਿਰ ਅਖੀਰ ਉਹ ਇੱਕ ਗੱਲ ਸਮਝਦੇ ਕਿ ਮੈਨੂੰ ਬੇਇੱਜ਼ਤ ਕਰਕੇ ਕੱਢਿਆ ਗਿਆ, ਉਹ ਤਾਂ ਉਹ ਲੜਾਈ ਮੈਨੂੰ ਲੱਗਦਾ ਲੜ ਰਿਹਾ, ਉਹ ਸਮਝਦੇ ਕਿ ਮੇਰੇ ਨਾਲ ਜਿਹੜੀ ਕਾਂਗਰਸ ਪਾਰਟੀ ਨੇ ਜੇ ਮੈਨੂੰ ਘਰੇ ਹੀ ਪਾਉਣਾ ਹੈ ਕਿ ਹੋਰ ਤਰੀਕੇ ਨਾਲ ਪਾ ਦਿੰਦੇ, ਜਿਹੜਾ ਮੈਨੂੂੰ ਇੱਦਾਂ, ਹਾਂ ਉਹ ਇਹ ਗੱਲ ਨੂੰ। ਪਰੰਪਰਾ ਸਾਹਿਬ ਵੀ ਆਏ ਸੀ, ਬਾਹਰ ਆਏ ਸੀ, ਫਿਰ ਅਕਾਲੀ ਦਲ 'ਚ ਵਾਪਸੀ ਕਰ ਜਾਂਦੇ ਆ, ਢੀਂਡਸਾ ਸਾਹਿਬ ਦੂਜੇ ਪਾਸੇ ਚੱਲ ਜਾਂਦੇ ਆ, ਇਹਦੇ ਨਾਲ ਤੁਹਾਡੀ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਫਾਇਦਾ ਹੋਊ ਜਾਂ ਬਲ ਮਿਲੂ ਜਾਂ ਨੁਕਸਾਨ ਹੋਊਗਾ? ਬ੍ਰਹਮਪੁਰਾ ਸਾਹਿਬ ਅਤੇ ਢੀਂਡਸਾ ਸਾਹਿਬ, ਵੇਖੋ ਇੱਕ ਗੱਲ ਦੱਸਾਂ ਜੀ, ਜੇ ਤਾਂ ਉਹ ਆਪਣੀ ਕੋਈ ਲੜਾਈ ਲੜਦੇ, ਹੋਰ ਵੀ ਹੈਗਾ ਅਜਨਾਲਾ ਜੀ, ਸੇਖਵਾਂ ਜੀ ਵੀ ਹੈਗੇ, ਅਜਨਾਲਾ ਸੇਖਵਾਂ ਸਾਹਿਬ ਆ ਗਏ ਜੀ, ਜੇ ਢੀਂਡਸਾ ਸਾਹਿਬ ਜਿਹੜੇ ਬੀਜੇਪੀ ਨਾਲ, ਕਿਉਂਕਿ ਬੀਜੇਪੀ ਨੇ ਵੇਖੋ ਜਿਹੜਾ ਕਿਸਾਨੀ ਸੰਘਰਸ਼ ਰਿਹਾ ਉੱਥੇ, ਜਿਹੜੇ ਮੇਰੇ ਵੀਰ ਜਿਹੜਾ ਸਾਲ ਜਿਹੜਾ ਕਿਸਾਨਾਂ ਨੇ ਫਾਕਾ ਕੱਟਿਆ, ਜਿਹੜੇ ਵਿਚਾਰੇ ਇੰਨੇ ਭਰਾ ਸ਼ਹੀਦ ਹੋ ਗਏ ਸਾਡੇ ਕਿਸਾਨ ਭਰਾ, ਉਹ ਜਦੋਂ ਉਹਨਾਂ ਨਾਲ ਅਲਾਇੰਸ ਕਰ ਗਏ, ਹੁਣ ਮੈਨੂੰ ਲੱਗਦਾ ਉਹਨਾਂ ਤੋਂ ਬਹੁਤਾ ਕੋਈ ਵਧੀਆ ਜਿਹੜੀ ਗੱਲ ਨਹੀਂ ਬਣਨੀ, ਕਿਉਂਕਿ ਲੋਕ ਬੀਜੇਪੀ ਨੂੰ, ਕਿਉਂਕਿ ਪੰਜਾਬ ਦੇ ਲੋਕ ਤੁਹਾਨੂੰ ਪਤਾ ਹੀ ਹੈ, ਇੰਨੀ ਜਲਦੀ ਆਪਣੇ ਜ਼ਖਮ ਭੁੱਲਣ ਵਾਲੇ ਨਹੀਂ, ਇਹ ਤਾਂ ਰਹਿੰਦੀ ਦੁਨੀਆ ਤੱਕ ਵੀ ਯਾਦ ਰੱਖਦੇ ਆ, ਇੱਥੇ ਜੇ ਗੁਣ ਕਰੋਗੇ ਉਹ ਵੀ ਯਾਦ ਰੱਖਣਗੇ, ਜੇ ਔਗਣ ਕਰੋਗੇ। ਮੈਂ ਇੱਕ ਦਿਨ ਕੱਲ੍ਹ ਪਰਸੋਂ ਇੱਕ ਪਿੰਡ ਗਿਆ ਜੀ, ਉੱਥੇ ਮੈਂ ਇੱਕ ਬਜ਼ੁਰਗ ਬਾਬਾ ਜਦੋਂ ਮੈਂ ਗਿਆ, ਉਹ ਦੂਜੇ ਬੰਦੇ ਕਹਿੰਦੇ ਧੁੰਨ ਸਾਹਿਬ ਆਏ ਆਪਾਂ ਇਹਨਾਂ ਨੂੰ ਵੋਟਾਂ ਪਾਉਣੀਆਂ, ਉਹ ਕਹਿੰਦਾ ਯਾਰ ਇਹਨੇ ਮੇਰੇ ਨਾਲ ਗੁਣ ਬੜਾ ਕੀਤਾ ਸੀ, ਬੜਾ 20 ਸਾਲ ਹੋ ਗਏ ਅਤੇ ਮੈਂ ਤਾਂ ਇਹਨੂੰ ਵੋਟਾਂ ਪਾਉਣੀਆਂ। ਮੈਂ ਪਹਿਲਾਂ ਡਰ ਵੀ ਗਿਆ ਵੀ ਕਿਤੇ ਗਲਤੀ ਨਾ ਹੋਵੇ, ਵੀ ਕੋਈ ਕਿਤੇ ਜਾਣੇ ਅਣਜਾਣੇ 'ਚ ਕੋਈ ਗਲਤੀ ਹੋ ਜਾਂਦੀ ਵੀ ਬਾਪੂ ਕੋਈ ਲਾਹਮਾ ਨਾ ਦਿੰਦਾ ਹੋਵੇ। ਉਹ ਕਹਿੰਦਾ ਨਹੀਂ ਪੁੱਤ, ਤੂੰ ਮੇਰੀ ਕਿਸੇ ਨੇ ਕਬਜ਼ਾ ਕਰ ਲਿਆ ਸੀ, 2 ਕਿੱਲੇ ਮੇਰੀ ਜ਼ਮੀਨ ਛਡਾਈ ਸੀ, ਅਤੇ ਮੈਨੂੰ ਉਹ ਵੀ ਗੱਲ ਯਾਦ ਅੱਜ, ਮਤਲਬ 20 ਸਾਲ ਪੁਰਾਣੀ ਗੱਲ ਉਹਨੇ ਬਾਪੂ ਨੇ ਯਾਦ ਰੱਖੀ ਹੈ। ਅਤੇ ਤੁਸੀਂ ਆਹ ਵੀ ਪੰਜਾਬ ਦਾ ਫਿਰ ਵੇਖ ਲਓ, ਇਹ ਖੂਨ ਜਿਹੜਾ, ਜੇ ਤੁਸੀਂ ਮੈਂ ਉਗਣ ਕੀਤਾ ਹੁੰਦਾ ਉਹ ਵੀ ਯਾਦ ਰੱਖਦਾ, ਉੱਥੇ ਮੈਨੂੰ ਗਾਲਾਂ ਕੱਢਣੀਆਂ ਸੀ ਉਹਨਾਂ ਨੇ। ਲਾਸਟ ਦੇ ਵਿੱਚ ਆਪਾਂ ਬੇਅਦਬੀ ਮੁੱਦੇ ਦੀ ਗੱਲ ਕਰ ਲਈਏ, ਬੇਅਦਬੀ ਦਾ ਇਨਸਾਫ ਦਵਾਓਗੇ, ਦੂਜੀ ਗੱਲ ਚਿੱਟਾ ਖਤਮ ਕਰੋਗੇ, ਨਸ਼ਾ ਖਾਸ ਕਰਕੇ ਪੰਜਾਬ 'ਚ ਖਤਮ ਕਰੋਗੇ, ਅਤੇ ਨਾਲ ਬੇਰੁਜ਼ਗਾਰੀ ਕਿੱਦਾਂ ਹਟਾਓਗੇ? ਬਿਲਕੁਲ, ਜਿਹੜਾ ਵੇਖੋ, ਜਿਹੜੀ ਬੇਅਦਬੀ ਦੀ ਗੱਲ ਆ ਜੀ, ਮਹਾਰਾਜ ਸਾਹਿਬ ਦੀ ਜਿਹੜਾ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹ ਕੋਈ ਵੀ ਬੰਦਾ ਕਿਸੇ ਧਰਮ ਦਾ ਵੀ ਹੋਵੇ, ਉਹ ਜੇ ਭਾਵੇਂ ਆਪਣੇ ਧਰਮ ਦੇ ਵਿੱਚ ਕੋਈ ਖੱਤਰੀ ਹੈ, ਕੋਈ ਬ੍ਰਾਹਮਣ ਹੈ, ਕੋਈ ਈਸਾਈ ਹੈ, ਉਹ ਜੇ ਆਪਣੇ ਧਰਮ ਦਾ ਜੇ ਪੱਕਾ ਹੈ,
ਤੇ ਉਹ ਵੀ ਇਹ ਗੱਲ ਨਹੀਂ ਚਾਹੁੰਦਾ ਜਾਂ ਅਸੀਂ ਵੀ ਨਹੀਂ ਚਾਹੁੰਦੇ ਵੀ ਕਿਸੇ ਹੋਰ ਧਰਮ ਦਾ ਚਾਹੇ ਉਹ ਗੀਤਾ ਹੈ ਚਾਹੇ ਕੁਰਾਨ ਹੈ ਉਹਦੇ ਵੱਲ ਕੋਈ ਉਂਗਲ ਵੀ ਕਰੇ। ਨਾਲੇ ਆਪਣੀ ਕੌਮ ਤਾਂ ਜਿਹੜੀ ਉਹ ਲੋਕਾਂ ਦੇ ਹੱਥ ਵੱਢ ਦਿੰਦੀ ਰਹੀ ਜਿਹੜੇ ਦੂਜੇ ਧਰਮਾਂ ਲਈ ਸਾਡੇ ਗੁਰੂਆਂ ਨੇ ਸੀਸ ਕਟਾ ਲਏ, ਆਪਣੀ ਕੌਮ ਦੀ ਕੋਈ ਇਹੋ ਜਿਹੀ ਮਨਸਾ ਨਹੀਂ। ਅਤੇ ਜਿਹੜੀ ਗੁਰੂ ਸਾਹਿਬ ਦੀ ਗੱਲ ਹੈ ਜੀ ਉਹ ਕਿਉਂ ਨਹੀਂ ਉਹ ਤਾਂ ਜਿਹੜੀ ਗੱਲ ਬਿਲਕੁਲ ਨਿਖਰ ਕੇ ਸਾਹਮਣੇ ਆਉਣੀ ਚਾਹੀਦੀ ਹੈ। ਜਿਹੜੇ ਬੰਦੇ ਵੀ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੇ ਬੰਦਿਆਂ ਦਾ ਵੀ ਹੱਥ ਹੈ, ਪਹਿਲੀ ਗੱਲ ਤਾਂ ਵੀਰੇ ਕੁਦਰਤ ਜਿਹੜੀ ਹੈ ਉਹ ਹੀ ਨਿਆਂ ਕਰ ਦਿੰਦੀ ਹੈ, ਕੁਦਰਤ ਨੇ ਨਿਆਂ ਕਰ ਦੇਣਾ ਹੈ। ਜੇਲ੍ਹ 'ਚ ਬੈਠਾ ਨਾ ਉਦੋਂ ਸਾਧ ਤੇਜ ਦੀ ਗੱਲ ਹੁੰਦੀ ਉਹ ਤਾਂ ਜੇਲ੍ਹ ਦੇ ਵਿੱਚ ਆ, ਫਿਰ ਵੀ ਉਹਨੂੰ ਰਿਮਾਂਡ 'ਤੇ ਲੈ ਕੇ ਆਉਣ ਦੀ ਗੱਲ ਕੀਤੀ ਜਾਂਦੀ, ਕਿਤੇ ਰੋਕ ਵੀ ਦਿੱਤਾ ਜਾਂਦਾ ਵਾ ਲੱਗਦਾ। ਉਹ ਜੀ ਵੇਖੋ ਇਹਨਾਂ ਲੋਕਾਂ ਦੇ ਜਿਹੜੇ ਉਹਨੇ ਵੀ ਤੰਤਰ ਬੜਾ ਆਪਣਾ ਵੱਡਾ ਫਿੱਟ ਕੀਤਾ ਸੀ, ਵੋਟਾਂ ਬਹੁਤ ਪਿੱਛੇ ਵੋਟਾਂ ਵਾਟਾਂ ਦੀ ਗੱਲ ਨਹੀਂ ਜੀ, ਮੈਂ ਤਾਂ ਇੱਕ ਵਾਰੀ ਵੇਖਿਆ ਉਹਦਾ ਕੁੜਮ ਮਰ ਗਿਆ ਜੱਸੀ, ਉਹਦਾ ਕੁੜਮ ਆ। ਬੀਜੇਪੀ ਦੇ ਵੀ ਹੁਣ ਉਮੀਦਵਾਰ ਜਿਹੜੇ ਹੈਗੇ ਉੱਥੇ ਜਾਣ ਡਿਆ ਅਤੇ ਕਾਂਗਰਸ ਥੋੜ੍ਹੇ ਦਿਨ ਹੋ ਗਏ, ਪਹਿਲੋਂ ਵੀ ਕੁਛ ਬੰਦੇ ਹੋ। ਉਹ ਗਲਤ ਭੁਲੇਖ ਹੈ ਜੀ, ਉਹਦਾ ਕੁੜਮ ਜਿਹੜਾ ਹੈ ਉਹ ਜਦੋਂ ਮੈਂ ਇੱਕ ਵਾਰੀ ਇਲੈਕਸ਼ਨ ਹੋਈ ਸੀ ਜਿਮਣੀ ਚੋਣ, ਮੈਂ ਵੀ ਉੱਥੇ ਗਿਆ ਸੀ, ਅਤੇ ਜੇ ਡੇਰੇ ਵਾਲੇ ਦੀਆਂ ਇੰਨੀਆਂ ਵੋਟਾਂ ਹੁੰਦੀਆਂ ਤਾਂ ਫਿਰ ਉਹਦਾ ਕੁੜਮ ਆਪਣਾ ਜਿਤਾ ਦਿੰਦਾ ਉਹ, ਮਤਲਬ ਵੋਟ ਇਹ ਗੱਲ ਗਲਤ ਹੈ ਵੀ ਜੇ ਕੋਈ ਵੇਖੋ ਕਈ ਵਾਰੀ ਕੀ ਹੁੰਦਾ ਕੋਈ ਬੰਦਾ ਕਿਸੇ ਡੇਰੇ ਨਾਲ ਜੁੜਿਆ ਪਰ ਜਦੋਂ ਵੋਟ ਪਾਉਣ ਦੀ ਗੱਲ ਆਉਂਦੀ ਉਹਦੀ ਆਪਣੀ ਸੋਚ ਹੈ ਵੀ ਮੈਂ ਕਿੱਥੇ ਪਾਉਣੀ ਹੈ। ਉਹ ਬਿਲਕੁਲ ਜੀ ਇੱਥੇ ਜਿਹੜੀ ਵੇਖੋ ਅਸੀਂ ਪੰਜਾਬ ਬਚੂਗਾ ਹੀ ਤਾਂ, ਪੰਜਾਬ ਜੇ ਇੱਥੇ ਜੇ ਅਸੀਂ ਵੀ ਕਿਤੇ ਕਤਾਈ ਕਰ ਗਏ, ਜੇ ਸਾਡੀਆਂ ਸਰਕਾਰ ਨੇ ਵੀ ਕਿਤੇ ਕਤਾਈ ਕੀਤੀ ਤੇ ਪੰਜਾਬ ਨੂੰ ਫਿਰ ਮੇਰੇ ਵੀਰ ਪੰਜਾਬ ਨੂੰ ਗੁਰੂ ਸਾਹਿਬ ਹੀ ਫਿਰ ਬਚਾ ਸਕਦੇ। ਹਲਕੇ ਦੇ ਵਿੱਚ ਮੈਂ ਸੁਣਿਆ ਸੀ ਕਿ ਕੁਛ ਨੌਜਵਾਨਾਂ ਦੀ ਮੌਤ ਹੋਈ ਆ ਕੁਛ ਦਿਨਾਂ ਦੇ ਵਿੱਚ ਵੀ, ਜਿਹੜੇ ਪਿੰਡ 'ਚ ਖੜੇ ਆ ਨਾ ਇਸ ਪਿੰਡ ਦੇ ਵਿੱਚ ਵੀ ਇੱਕ ਹਫ਼ਤਾ ਪਹਿਲਾਂ ਇੱਕ ਨੌਜਵਾਨ ਦੀ ਮੌਤ ਹੋਈ ਆ, ਉਹਨੇ ਕੋਈ ਟੀਕਾ ਲਾਇਆ ਸੀ, ਕੋਈ ਸੱਥਰ ਵਿਛਣ ਡਏ ਆ ਧੁਨ ਸਾਹਿਬ, ਸੱਥਰ ਵਿਛਣ ਡਏ ਘਰਾਂ ਦੇ ਵਿੱਚ, ਵਾਅਦੇ ਬੜੇ ਵੱਡੇ ਹੋ ਜਾਂਦੇ ਆ, ਹੋਣਗੇ ਪੂਰੇ? ਮੈਂ ਵਾਰ ਵਾਰ ਤਾਂ ਪੁੱਛ ਰਿਹਾ। ਮੈਂ ਬਿਲਕੁਲ ਜੀ, ਮੈਂ ਹੀ ਕੱਲ੍ਹ ਵੀ ਮੈਂ ਉਹ ਘਰ 'ਚ ਅਫਸੋਸ ਕਰਕੇ ਆਇਆ, ਜਿਹੜਾ ਬੱਚਾ ਵਿਚਾਰਾ ਜਿਹਦੀ ਮੌਤ ਹੋਈ ਹੈ ਉਹ ਵਿੱਚ ਕੋਈ ਦੋ ਰਿਹਾ ਨਹੀਂ ਵੀ ਘਰਾਂ ਦੇ ਘਰ ਜਿਹੜੇ ਆ ਉਹ ਉੱਜੜਨ ਰਹੇ ਆ। ਅਤੇ ਜੇ ਉਹਨਾਂ ਨੂੰ ਸਾਨੂੰ, ਮੈਂ ਇੱਕ ਗੱਲ ਕਹਿੰਦਾ ਜੀ, ਜੇ ਕੋਈ ਵੀ ਬੰਦਾ ਕੋਈ ਵੀ ਜੇ ਮਤਲਬ ਦੋਸ਼ੀ ਹੈ, ਕਈ ਵਾਰੀ ਇੱਕ ਗੱਲ ਹੋਰ ਵੀ ਹੈ ਇੱਥੇ ਇੱਕ ਹੋ ਜਿਹੜੀ ਨਸ਼ੇ ਦੇ ਮਸਲੇ 'ਤੇ ਜੇ ਆਪਾਂ ਡੰਗਿਆਈ 'ਚ ਜਾਈਏ ਨਾ, ਕਈ ਬੰਦੇ ਜਿਹੜੇ ਬੁਰਿਆਈਆਂ ਕਰਦੇ ਆ ਲੋਕ ਉਹ ਕਈ ਵਾਰੀ ਵਾਪਸ ਵੀ ਮੁੜਨਾ ਚਾਹੁੰਦੇ ਵੀ ਅਸੀਂ ਇਹ ਕੰਮ ਛੱਡ ਦਈਏ, ਪਰ ਉਹਨੂੰ ਸਰਕਾਰੀ ਤੰਤਰ ਹੀ ਨਹੀਂ ਛੱਡਣ ਦਿੰਦਾ। ਉਹਨੂੰ ਸਰਕਾਰੀ ਤੰਤਰ ਜਿਹੜਾ ਜੇ ਉਹ ਘਰ ਆਣ ਕੇ ਬੈਠਣ ਦੀ ਕੋਸ਼ਿਸ਼ ਕਰਦਾ, ਕਈ ਉਹਨਾਂ ਲੋਕਾਂ 'ਤੇ ਵੀ ਹੋਰ ਕੇਸ ਬਣਾ ਦਿੰਦੇ ਆ, ਉਹ ਬੰਦਾ ਦੂਜਾ 'ਤੇ ਫੜਦੇ ਨਹੀਂ, ਉਹ ਨੰਬਰ ਬਣਾਉਣ ਲਈ ਉਹਨਾਂ ਲੋਕ ਉਹਨਾਂ ਨੂੰ ਚੱਕ ਲਿਆਉਂਦੇ ਆ, ਧੰਦੇ 'ਚ ਹੀ ਰਹਿੰਦਾ ਕਿ ਮੈਂ ਕਿਉਂ ਵਾਪਸ ਉਹਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ। ਮੈਂ ਤਾਂ ਇੱਕ ਗੱਲ ਸਮਝਦਾ ਕਰਪਸ਼ਨ ਵੱਧਦੀ ਹੈ ਨਾ ਸ਼ਾਇਦ, ਉਹ ਪ੍ਰਸ਼ਾਸਨ ਪੈਸਾ ਮਿਲੀ ਜਾਂਦਾ ਨਾ ਦੋਵੇਂ ਪਾਸੇ, ਜੇ ਥੋੜ੍ਹਾ ਬਹੁਤਾ ਫੜਿਆ ਜਾਂਦਾ ਸਮਾਨ ਕੋਈ ਚੀਜ਼ ਉਹ ਪੈਸੇ ਦੇ ਸ਼ਾਇਦ ਉਹ ਫੜ ਕੇ ਉਹਨੂੰ ਛੱਡ ਦਿੱਤਾ ਜਾਂਦਾ ਵਾ। ਕਰਪਸ਼ਨ ਨੂੰ ਰੋਕੋਗੇ ਤੁਸੀਂ, ਬੇਰੁਜ਼ਗਾਰੀ ਦੂਰ ਕਰੋਗੇ? ਜੇ ਮੇਰੇ ਬੁਰਿਆਈਆਂ ਢਾਉਣੀਆਂ ਤਾਂ ਫਿਰ ਕਈ ਵਾਰੀ ਜੇ ਬੁਰੇ ਬੰਦਾ ਵੀ ਜੇ ਉਹ ਚੰਗਾ ਕੰਮ ਕਰਦਾ ਤਾਂ ਉਹਨੂੰ ਫਿਰ ਵੀ ਉਹਨੂੰ ਮਤਲਬ ਉਹਨੂੰ ਥਾਪੀ ਦੇਣੀ ਚਾਹੀਦੀ ਵੀ ਯਾਰ ਤੂੰ ਛੱਡ ਕੇ ਚੋਂ ਨਿਕਲ ਕੇ ਬਾਹਰ ਆ। ਅਤੇ ਜਿਹੜੀ ਰਿਸ਼ਵਤ ਆ, ਜਿੰਨਾ ਚਿਰ ਰਿਸ਼ਵਤ ਦਾ ਬੋਲਬਾਲਾ ਖਤਮ ਨਹੀਂ ਹੁੰਦਾ ਉਨਾ ਚਿਰ ਇਹ ਚੀਜ਼ਾਂ ਨਹੀਂ ਹਟ ਸਕਦੀਆਂ। ਰਿਸ਼ਵਤ ਦੇ ਵਿੱਚ ਇੱਕ ਦੱਸ ਦਿਓ ਕਿ ਕੇਜਰੀਵਾਲ ਜੀ ਦੀਆਂ ਗਰੰਟੀਆਂ ਬਹੁਤ ਤੁਸੀਂ ਦਿੱਤੀਆਂ ਪੰਜਾਬ ਦੇ ਵਿੱਚ, ਖਾਸ ਕਰਕੇ ਗਰੰਟੀਆਂ ਪੂਰੀਆਂ ਕਰ ਦਿਓਗੇ, ਲੋਕਾਂ ਨੇ ਸਵਾਲ ਕਰਨੇ ਅਗਲੇ 5 ਸਾਲ ਫਿਰ ਅਸੀਂ ਇਹਨਾਂ ਪਿੰਡਾਂ 'ਚ ਵਿਚਰਨਾ, ਧੁਨ ਸਾਹਿਬ ਤੁਹਾਡੇ ਹਲਕੇ 'ਚ ਵੀ ਆਵਾਂਗੇ, ਹੋ ਸਕਦਾ 5 ਸਾਲ ਤੋਂ ਪਹਿਲਾਂ ਨਾ ਆਉਣਾ ਪੈ ਜੇ, ਇਹ ਤਾਂ ਆਉਣਾ ਸਮਾਂ ਦੱਸੂਗਾ ਸਰਕਾਰ ਕਿਹਦੀ ਬਣਦੀ, ਆਉਣਾ ਸਮਾਂ ਹੋਊਗਾ ਧੁਨ ਸਾਹਿਬ ਜਿੱਤ ਜੇ ਜਾਂ ਦੂਜੇ ਜਿੱਤ ਜਾ, ਪਰ ਸਵਾਲ ਤੁਹਾਡੇ ਫਿਰ ਤੁਹਾਨੂੰ ਹੀ ਹੋਣਗੇ। ਜੇ ਕਿਸੇ ਪਿੰਡ 'ਚ ਚਿੱਟਾ ਵਿਕਦਾ ਹੋਇਆ ਤਾਂ ਜ਼ਰੂਰ ਪਹੁੰਚਾਂਗੇ, ਕੋਈ ਨੌਜਵਾਨ ਮਰਿਆ ਜ਼ਰੂਰ ਪਹੁੰਚਾਂਗੇ, ਉਹ ਸਵਾਲ ਤੁਹਾਨੂੰ ਵੀ ਇੱਦਾਂ ਦੇ ਹੋਣਗੇ। ਜਿਹੜੀ ਵੇਖੋ ਜੀ ਗਰੰਟੀਆਂ ਦੀ ਗੱਲ ਆ, ਉਹ ਤਾਂ ਅੱਜ ਕੇਜਰੀਵਾਲ ਦੀ ਗਰੰਟੀ ਵੇਖੋ, ਸੀਐਮ ਦਾ ਚਿਹਰਾ ਇੱਥੇ ਕੇਜਰੀਵਾਲ ਸਾਹਿਬ ਨੇ ਨਹੀਂ ਹੋਣਾ, ਸੀਐਮ ਦਾ ਚਿਹਰਾ ਪੰਜਾਬ ਵਿੱਚ ਹੋਣਾ। ਕੇਜਰੀਵਾਲ ਦੀ ਗਰੰਟੀ ਕਿਉਂ ਕਹਿੰਦੇ ਆ? ਉਹ ਤਾਂ ਕਹਿੰਦੇ ਆ ਕਿ ਕੇਜਰੀਵਾਲ 'ਤੇ ਯਕੀਨ ਆ, ਵਿਸ਼ਵਾਸ ਆ, ਉਹਨੇ ਜਿਹੜੀ ਗੱਲ ਦਿੱਲੀ ਵਿੱਚ ਕੀਤੀ ਸੀ ਉਹ ਕਰਕੇ ਵਿਖਾਈ ਹੈ। ਜਿਹੜੀ ਤੁਸੀਂ ਵੋਟਾਂ ਦੀ ਗੱਲ ਕੀਤੀ ਹੈ, ਉਹਨੇ ਜਦੋਂ ਦਿੱਲੀ ਵਿੱਚ ਦੁਬਾਰਾ ਵੋਟਣ ਗਿਆ, ਵੋਟਾਂ ਮੰਗਣ ਗਿਆ, ਉਹਨੇ ਵੋਟ ਮੰਗੀ ਨਹੀਂ, ਉਹਨੇ ਤਾਂ ਲੋਕਾਂ ਨੂੰ ਇਹ ਕਿਹਾ ਸੀ ਕਿ ਜੇ ਮੈਂ ਤੁਹਾਡਾ ਕੁਝ ਕੀਤਾ ਫਿਰ ਮੈਨੂੰ ਵੋਟ ਪਾ ਦਿਓ, ਨਹੀਂ ਤਾਂ ਮੈਨੂੰ ਵੋਟ ਨਾ ਪਾਇਓ। ਸਾਰੀ ਬੀਜੇਪੀ ਉਹਨਾਂ ਦੇ ਖਿਲਾਫ਼ ਜਾ ਕੇ ਲੜੀ ਸੀ ਔਰ ਫਿਰ ਦੁਬਾਰਾ ਸਰਕਾਰ ਉੱਥੇ ਕੇਜਰੀਵਾਲ ਦੀ ਮੰਨ ਲਓ ਆ ਜਾਂਦੇ ਆ, ਤੁਸੀਂ ਇਸ ਨਾਰੇ 'ਤੇ ਆਉਣ ਲਈ ਇਲੈਕਸ਼ਨ ਲੜੋਗੇ, 22 ਤੋਂ ਬਾਅਦ 27 'ਚ ਹੋਣੀ ਆ, ਜੇ ਮੰਨ ਲਓ 22 ਤੁਹਾਡੀ ਸਰਕਾਰ ਬਣ ਜਾਂਦੀ ਇਹੋ ਨਾਰਾ ਆਊਗਾ, ਜੇ ਕੁਛ ਕੀਤਾ ਤਾਂ ਵੋਟ ਪਾ ਦਿਓ? ਬਿਲਕੁਲ ਜੀ, ਜੇ 22 ਦੇ ਵਿੱਚ ਜੇ 27 ਨੂੰ ਛੱਡੋ ਜੀ, 22 ਤੋਂ ਬਾਅਦ ਪਾਰਲੀਮੈਂਟ ਆਉਣੀ ਹੈ, ਪਾਰਲੀਮੈਂਟ ਤੱਕ ਹੀ ਇਹ ਗੱਲ ਫੈਸਲਾ ਕਰ ਦੇਂਗੇ ਭਰਾਓ, ਜੇ ਤੁਹਾਡਾ ਤੈਨੂੰ ਲੱਗਦਾ ਵੀ ਉਹਨਾਂ ਲੋਕਾਂ ਨਾਲੋਂ ਕੋਈ ਚੰਗਾ ਕੀਤਾ ਵੋਟਾਂ ਪਾ ਦਿਓ, ਨਹੀਂ ਤਾਂ ਤੁਸੀਂ ਜਿਹਨੂੰ ਦਿਲ ਕਰਦਾ ਤੁਹਾਨੂੰ ਹੋਰ ਕੋਈ ਚੰਗਾ ਲੱਗਦਾ ਉਹਨੂੰ ਚੁਣ ਲਓ। ਧੰਨਵਾਦ। ਹੋਰ ਕੁਛ ਕਹਿਣਾ ਚਾਹੋਗੇ? ਅਕਾਲ ਚੈਨਲ ਦੇ ਦਰਸ਼ਕ ਤੁਹਾਨੂੰ ਵੇਖ ਰਹੇ ਆ, ਕੁਛ ਸੁਣਿਆ? ਪਹਿਲਾਂ ਤਾਂ ਮੈਂ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ
ਤੇ ਆਪ ਜੀ ਦੇ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ, ਤੁਹਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ ਰੱਬ ਵਰਗੀਆਂ ਜਿਹੜੀਆਂ ਸੰਗਤਾਂ ਆ ਜਿਹੜੀਆਂ ਰੂਹਾਂ ਜਿਹੜੀਆਂ ਸੁਣ ਰਹੀਆਂ ਹੋਣਗੀਆਂ ਉਹਨਾਂ ਦੇ ਦਰਸ਼ਨ ਕਰਾਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ। ਇਹ ਸਨ ਸਰਵਣ ਸਿੰਘ ਧੁੰਨ ਹਲਕਾ ਖੇਮਕਰਨ ਤੋਂ। ਆ ਜੇ ਤਿੰਨ ਚਿਹਰਿਆਂ ਦੀ ਗੱਲ ਕਰੀਏ, ਸੁਖਪਾਲ ਸਿੰਘ ਭੁੱਲਰ ਇੱਥੋਂ ਲੜਾਈ ਲੜਨਗੇ ਕਿਉਂਕਿ ਅਜੇ ਸੀਟ ਅਨਾਊਂਸ ਨਹੀਂ ਹੋਈ। ਦੂਜੇ ਪਾਸੇ ਵਲਟੋਆ ਸਾਹਿਬ ਆ ਵਿਰਸਾ ਸਿੰਘ ਵਲਟੋਆ, ਅਤੇ ਇਧਰਲੇ ਪਾਸੇ ਸਰਵਣ ਸਿੰਘ ਧੁੰਨ ਆਮ ਆਦਮੀ ਪਾਰਟੀ ਵੱਲੋਂ। ਵੇਖਦੇ ਹਾਂ ਮੁੱਖ ਮੁਕਾਬਲਾ ਜੋ ਪਿੰਡਾਂ ਦੇ ਵਿੱਚ ਜਾਂਦੇ ਆ, ਅਤੇ ਕੋਈ ਤਿੰਨਾਂ ਦੇ ਵਿੱਚ ਕਰ ਰਿਹਾ, ਕੋਈ ਦੋਵਾਂ ਦੇ ਵਿੱਚ ਕਰ ਰਿਹਾ, ਅਤੇ ਕਿਤੇ ਇੱਕ ਪਾਸੜ ਵੀ ਲੱਗਦਾ ਹੋਣ ਜਾ ਰਿਹਾ ਵਾ। ਪਰ ਸਮਾਂ ਦੱਸੂਗਾ, ਵਿਚਾਰ ਵੀਰ ਦੇ ਆਪਣੇ ਸੀ, ਸਮਾਂ ਦਿੱਤਾ ਕਿਉਂਕਿ ਬਿਜੀ ਰੁਝੇਵੇਂ ਆ। ਧੁੰਨ ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ। ਫਿਰ ਮਿਲਾਂਗੇ, ਇਲੈਕਸ਼ਨ ਤੋਂ ਪਹਿਲਾਂ ਵੀ ਕੋਸ਼ਿਸ਼ ਕਰਾਂਗੇ, ਅਤੇ ਇਲੈਕਸ਼ਨ ਤੋਂ ਬਾਅਦ 'ਚ ਵੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਵਿਚਾਰ ਜ਼ਰੂਰ ਲੈ ਜਾਣ ਕੀ ਹੋਇਆ ਵਿਕਾਸ। ਵਿਕਾਸ ਦੇ ਨਾਮ 'ਤੇ ਕਿਤੇ ਪੰਜਾਬ ਦਾ ਵਿਨਾਸ਼ ਤਾਂ ਨਹੀਂ ਹੋ ਰਿਹਾ? ਇਹ ਵੀ ਸਵਾਲ ਹੋਣਗੇ, ਕਿਉਂਕਿ ਇੱਕ ਵਾਰੀ ਇਹਨਾਂ ਕਿਹਾ ਕਿ ਆਉਣ ਵਾਲੀ ਜਿਹੜੀ ਸਰਕਾਰ ਹੋਊਗੀ ਉਹ ਵਿਕਾਸ ਦੇ ਨਾਮ 'ਤੇ ਵੋਟਾਂ ਲਊਗੀ, ਨਾ ਕਿ ਘਰ ਘਰ ਜਾ ਕੇ ਵੋਟਾਂ ਦੀ ਗੱਲ ਹੋਊਗੀ। 22 ਤੋਂ ਬਾਅਦ 'ਚ 27 ਨਹੀਂ, ਪਹਿਲਾਂ ਹੀ ਜਿਹੜੀਆਂ MP ਦੀਆਂ ਚੋਣਾਂ ਆਉਣੀਆਂ। ਸਰਵਣ ਸਿੰਘ ਧੁੰਨ ਕਹਿ ਚੁੱਕੀ ਕਿ ਜਿਵੇਂ ਕੇਜਰੀਵਾਲ ਨੇ ਕਿਹਾ ਸੀ ਜੇ ਕੁਛ ਕੀਤਾ ਵਾ ਅਤੇ ਵੋਟਾਂ ਪਾ ਦਿਓ ਤਾਂ ਉਹੀ ਸ਼ਾਇਦ ਪੰਜਾਬ ਮਾਡਲ ਵੀ ਆਊਗਾ। ਪਰ ਵੇਖਦੇ ਹਾਂ, ਕਿਤੇ ਗੱਲਾਂ ਰਹਿ ਜਾਂਦੀਆਂ ਕਿ ਜਾਂ ਸੱਚੀ ਇੱਕ ਨਰੋਆ ਪੰਜਾਬ ਸਿਰਜਣ ਦੀ ਗੱਲ ਕਰਦੇ ਹਾਂ, ਅਤੇ ਨਰੋਆ ਪੰਜਾਬ ਆਮ ਆਦਮੀ ਪਾਰਟੀ ਸਿਰਜਦੀ ਆ ਜਾਂ ਸਿਹਰਾ ਕਿਤੇ ਹੋਰ ਪਾਸੇ ਜਾਂਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। 14 ਤਰੀਕ ਨੂੰ ਵੋਟਿੰਗ ਆ, 10 ਤਰੀਕ ਨੂੰ ਗਿਣਤੀ ਆ, ਉਹ ਤੋਂ ਬਾਅਦ ਸਾਰਾ ਕੁਛ ਸਪਸ਼ਟ ਹੋ ਜਾਣਾ।